ਤੁਸੀਂ ਦੇਖ ਰਹੇ ਹੋ ਜਸ ਟੀਵੀ, ਮੈਂ ਹਾਂ ਕੇ ਪੀ ਸਿੰਘ। ਬਹਿਬਲ ਕਲਾਂ ਗੋਲੀਕਾਂਡ, ਕੋਟਪੁਰਾ ਗੋਲੀਕਾਂਡ, ਬੇਅਦਬੀ ਤੋਂ ਬਾਅਦ ਵਾਪਰੇ ਇਹ ਗੋਲੀਕਾਂਡ। ਸਿਆਸਤ ਦੇ ਗਲੇ ਦੀ ਹੱਡੀ ਬਣ ਚੁੱਕੀ ਹੈ, ਸਰਕਾਰਾਂ ਬਦਲ ਚੁੱਕੀਆਂ ਅਤੇ ਪਰ ਮਾਮਲਾ ਅਜੇ ਵੀ ਸੁਲਝਣ ਦੀ ਬਜਾਏ ਉਲਝਦਾ ਨਜ਼ਰ ਆ ਰਿਹਾ। ਬੇਅਦਬੀ ਅਤੇ ਗੋਲੀਕਾਂਡ ਦੇ ਵਿਚਾਲੇ ਜਦੋਂ ਇੱਕ ਜੱਸੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਂਦੀ ਹੈ, ਸਾਰਿਆਂ ਨੂੰ ਉਮੀਦ ਜਾਗਦੀ ਹੈ ਕਿ ਹੁਣ ਕੁਝ ਹੋਵੇਗਾ। ਜੱਸੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਰਿਕਮੈਂਡੇਸ਼ਨਸ 'ਤੇ ਕੁਝ ਪੁਲਿਸ ਵਾਲਿਆਂ ਦੇ ਨਾਮ ਹੈ ਜਿਹੜੇ ਉਹ ਚੜ੍ਹਾਏ ਜਾਂਦੇ ਆ, ਨਾਮਜ਼ਦ ਕੀਤੇ ਜਾਂਦੇ ਆ, ਪਰ ਉਸ ਤੋਂ ਬਾਅਦ ਇਹਨਾਂ ਵਿੱਚੋਂ ਕੁਝ ਪੁਲਿਸ ਅਫਸਰ ਕੋਰਟ ਪਹੁੰਚ ਜਾਂਦੇ ਆ, ਚੁਣੌਤੀ ਦਿੰਦੇ ਆ ਕਿ ਸਾਡੇ ਨਾਮ ਸ਼ਾਮਲ ਕਿਵੇਂ ਕੀਤੇ ਗਏ। ਸਾਡਾ ਸਵਾਲ ਇੱਕੋ ਹੀ ਹੈ, ਇਸ ਮਾਮਲੇ 'ਚ ਹੋਵੇਗਾ ਕੀ? ਬੇਅਦਬੀ ਅਤੇ ਗੋਲੀਕਾਂਡ, ਕੀ ਬਚ ਜਾਵੇਗੀ ਪੁਲਿਸ? ਅੱਜ ਬਹਿਸ ਇਸੇ ਲਈ ਕਰਨੀ ਪੈ ਰਹੀ ਹੈ। ਬਹਿਸ ਕਿਉਂ ਕਰ ਰਹੇ ਹਾਂ, ਕਿਹੜੇ ਬਿੰਦੂ ਹੋਣਗੇ ਬਹਿਸ ਦੇ ਵਿੱਚ, ਤੁਹਾਨੂੰ ਦੱਸੀਏ। ਬਹਿਸ ਦੇ ਵਿੱਚ ਸ਼ਾਮਲ ਜਿਹੜੇ ਬਿੰਦੂ, ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਗੋਲੀਕਾਂਡ ਦਾ ਮਾਮਲਾ ਫਿਲਹਾਲ ਉਲਝਿਆ ਨਜ਼ਰ ਆ ਰਿਹਾ। ਜੱਸੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪੁਲਿਸ ਅਧਿਕਾਰੀਆਂ ਨੇ ਹਾਈਕੋਰਟ ਵਿੱਚ ਚੁਣੌਤੀ ਦੇ ਦਿੱਤੀ ਹੈ। ਸੁਣਵਾਈ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗ ਲਿਆ। ਸਾਬਕਾ SSP ਚਰਨਜੀਤ ਸ਼ਰਮਾ ਸਣੇ ਹੋਰਾਂ ਨੂੰ ਫਿਲਹਾਲ ਰਾਹਤ ਦਿੱਤੀ ਗਈ ਹੈ। ਮਾਨਸਾ ਦੇ ਸਾਬਕਾ SSP ਰਘਬੀਰ ਸਿੰਘ ਨੂੰ ਰਾਹਤ ਮਿਲੀ ਹੈ। ਬਾਜਾਖਾਨਾ ਦੇ ਸਾਬਕਾ SHO ਅਮਰਜੀਤ ਸਿੰਘ ਨੂੰ ਵੀ ਰਾਹਤ ਮਿਲੀ ਹੈ। ਅਗਲੀ ਸੁਣਵਾਈ ਤੱਕ ਹਾਈਕੋਰਟ ਨੇ ਜਾਂਚ 'ਤੇ ਰੋਕ ਲਗਾ ਦਿੱਤੀ ਹੈ। 20 ਸਤੰਬਰ ਨੂੰ ਅਗਲੀ ਸੁਣਵਾਈ ਹੋਵੇਗੀ। ਕੋਰਟ ਵਿੱਚ ਕੇਸ ਦਾ ਹਵਾਲਾ ਦੇ ਕੇ ਆਪ ਵਿਧਾਇਕ HS ਫੂਲਕਾ ਦਾ ਵੀ ਅਸਤੀਫੇ ਤੋਂ ਯੂਟਰਨ ਹੋ ਗਿਆ। ਇਸ ਸਭ ਮਾਮਲੇ ਦੇ ਵਿੱਚ ਵਕੀਲ ਕੀ ਕਹਿ ਰਿਹਾ ਉਹ ਪਹਿਲਾਂ ਸੁਣ ਲਈਏ ਜੀ। ਸਿੰਪਲੀ ਪਟੀਸ਼ਨਰਸ ਨੇ ਰਿਲੀਫ ਇਹ ਮੰਗਾ ਸੀਗਾ ਕਿ ਜਿਹੜੀ ਕਮਿਸ਼ਨ ਆਫ ਇਨਕੁਆਇਰੀਆਂ ਹੈਗੀਆਂ ਨੇ, ਇਹ ਦੀ ਰਿਪੋਰਟ, ਹਾਂ, ਜਸਟਿਸ ਜ਼ੋਰਾ ਸਿੰਘ ਸਾਹਿਬ ਦੀ ਅਤੇ ਜਸਟਿਸ ਰਣਜੀਤ ਸਿੰਘ ਸਾਹਿਬ ਦੀਆਂ, ਇਹ ਦੋਨੋਂ ਰਿਪੋਰਟਸ ਕੁਆਸ਼ ਕੀਤੀਆਂ ਜਾਣ। ਕਚਹਿਰੀ ਨੇ ਇਹਦੇ ਉੱਤੇ ਸਾਡੀ ਲੀਗਲ ਪ੍ਰਿਪੇਅਰ, ਸਾਡੀ ਲੀਗਲ ਆਰਗੂਮੈਂਟ ਦੇਖ ਕੇ, ਸੁਣ ਕੇ ਐਟ ਦਿਸ ਮੂਮੈਂਟ ਨੋਟਿਸ ਇਸ਼ੂ ਕੀਤਾ ਸਰਕਾਰ ਨੂੰ। ਉਸ ਨੋਟਿਸ ਦੇ ਬਾਬਤ ਅੱਗੇ ਇਹ ਵੀ ਕਿਹਾ ਹੈਗਾ ਕਿ ਜਿਹੜੇ ਸਾਡੇ ਪਟੀਸ਼ਨਰਸ ਹੈਗੇ ਉਹਨਾਂ ਦੇ ਬਰਖਿਲਾਫ਼ ਅੱਗੇ ਕਾਰਵਾਈ ਨਾ ਕੀਤੀ ਜਾਏ, ਸਾਡੇ ਪਟੀਸ਼ਨਰਸ ਦੇ ਬਰਖਿਲਾਫ਼। ਬਾਕੀ ਜਿਹੜੀ ਚੀਜ਼ ਹੈਗੀ ਹੈ, ਔਰਡਰ ਆਏਗਾ, ਹੁਣੇ ਬਹਿਸ ਕਰਕੇ ਬਾਹਰ ਨਿਕਲੇ, ਔਰਡਰ ਆਉਂਦੇ ਹੋ, ਔਰਡਰ ਆਉਂਦੇ ਹੀ ਬਾਕੀ ਸਾਰੀ ਚੀਜ਼ਾਂ ਦਲੀਲਾਂ ਕਲੀਅਰ ਹੋ ਜਾਂਦੀਆਂ। ਮੈਨੇ ਐਕਟ ਨਹੀਂ ਚੈਲੇਂਜ ਕੀਆ ਹੈ, ਮੈਨੇ ਰਿਪੋਰਟ ਚੈਲੇਂਜ ਕੀ ਹੈ, ਕਹਿ ਕੇ ਕਈ ਬੇਸਿਸ ਪੇ ਚੈਲੇਂਜ ਕੀ ਗਈ ਹੈ। ਇਹ ਵੀ ਕਹਿ ਕੇ ਚੈਲੇਂਜ ਕਰੀ ਗਈ ਹੈ ਕਿ ਜੋ ਕਮਿਸ਼ਨ ਹੈ ਇਹ ਇੱਕ ਸਬਸਟੀਟਿਊਟਡ ਕਮਿਸ਼ਨ ਹੈ, ਸੈਕਿੰਡ ਕਮਿਸ਼ਨ ਨਹੀਂ ਆ ਸਕਦੀ ਸੀ, ਬਟ ਬਹੁਤ ਜ਼ਿਆਦਾ ਔਰ ਗਰਾਊਂਡਸ ਹੈ ਐਟ ਦਿਸ ਸਟੇਜ। ਇਸ ਕੇ ਉੱਪਰ ਇਹ ਕਹਿਣਾ ਕਿ ਕੋਈ ਸਹੀ ਹੈ ਜਾਂ ਗਲਤ, ਬਿਲਕੁਲ ਠੀਕ ਨਹੀਂ ਹੈ, ਬਿਕੋਜ਼ ਮੈਟਰ ਸਬ ਜੁਡਿਸ ਹੈ। ਔਰ ਨੈਕਸਟ ਡੇਟ ਤੱਕ ਕੁਛ ਵੀ ਨਹੀਂ, ਜਬ ਤੱਕ ਸਰਕਾਰ ਵੀ ਕੁਛ ਕਹਿ ਸਕਦੀ ਹੈ ਜੀ ਕਿ ਉਸਕੇ ਹੱਕ ਮੇ ਹੋਗਾ। ਔਰ ਅਲੱਗ ਬਾਤ ਸੀ ਸਰ, ਇਹ ਕਿ ਜੋ ਪਿਛਲਾ ਕਮਿਸ਼ਨ ਥਾ, ਹਾਂ ਜੀ, ਡੀ ਨੋਟੀਫਾਈ ਕੀ ਹੈ ਬਿਨਾਂ, ਉਹ ਇੱਕ ਔਰ ਆਰਗੂਮੈਂਟ ਰੇਜ਼ ਕੀ ਗਈ ਹੈ ਹਮਾਰੀ ਸੈਕਸ਼ਨ 7 ਕੇ ਹਿਸਾਬ ਸੇ, ਕਹਿ ਕੇ ਕਿ ਜੀ ਪਿਛਲਾ ਕਮਿਸ਼ਨ ਕਭੀ ਆਜ ਤੱਕ ਡੀ ਨੋਟੀਫਾਈ ਹੁਆ ਹੀ ਨਹੀਂ, ਇਸ ਲਈ ਨਯਾ ਕਮਿਸ਼ਨ ਬਣਾ ਦਿਆ ਗਿਆ, ਸੋ ਇਟ ਇਜ਼ ਸਬਸਟੀਟਿਊਸ਼ਨ। ਔਰ ਇਸ ਦੇ ਅੰਦਰ ਟੋਟਲ 3 ਪਟੀਸ਼ਨਰ ਸਨ, SSP ਮੋਗਾ ਚਰਨਜੀਤ ਸਿੰਘ, ਉਸ ਸਮੇਂ ਜੋ SSP ਸੀਗੇ, ਇੰਸਪੈਕਟਰ SHO ਸੀ ਉਸ ਸਮੇਂ ਬਾਜਾਖਾਨਾ ਅਮਰਜੀਤ ਸਿੰਘ, ਅਤੇ ਰਘਬੀਰ ਸਿੰਘ SSP ਮਾਨਸਾ, 3 ਪਟੀਸ਼ਨਰ ਸਨ। ਉਹਨਾਂ ਤਿੰਨਾਂ ਪਟੀਸ਼ਨਰਸ ਦੀ ਪਟੀਸ਼ਨ ਦੇ ਵਿੱਚ ਨੋਟਿਸ ਹੋ ਕੇ ਕੁਆ ਉਹਨਾਂ ਦੇ ਜਿਹੜੀਆਂ ਪ੍ਰੋਸੀਡਿੰਗ ਸਟੇ ਹੋ ਗਈਆਂ। ਨੈਕਸਟ ਡੇਟ 20th ਪ੍ਰੋਬੇਬਲੀ, ਬਟ ਵੀ ਵਿਲ ਚੈੱਕ ਦਾ ਆਰਡਰ, ਅਸੀਂ ਆਰਡਰ ਨੂੰ ਚੈੱਕ ਕਰਨਾ। ਪੰਜਾਬ ਸਰਕਾਰ ਨੂੰ ਨੋਟਿਸ ਹੋ ਗਿਆ। ਸਵਾਲ ਇਸ ਬਹਿਸ ਦੇ ਵਿੱਚ ਕੋਈ ਪੁੱਛਾਂਗੇ, ਵੱਡਾ ਸਵਾਲ ਇਹ ਪੁੱਛਾਂਗੇ, ਜੱਸੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪੁਲਿਸ ਦੇ ਹਾਈਕੋਰਟ ਵਿੱਚ ਚੁਣੌਤੀ ਦੇ ਸਿਆਸੀ ਮਾਇਨੇ ਕੀ ਆ? ਇਸ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤਾਰਫ ਕਰਾ ਰਿਹਾ। ਰਿੰਪਲ ਮੀਡਾ ਕਾਂਗਰਸ ਤੋਂ ਨੇ, ਰਿੰਪਲ ਮੀਡਾ ਤੁਹਾਡਾ ਬਹੁਤ ਸਵਾਗਤ ਹੈ। ਅਮਰਜੀਤ ਸਿੰਘ ਧਾਰਨੀ, ਸ਼੍ਰੋਮਣੀ ਅਕਾਲੀ ਦਲ ਤੋਂ ਅਮਰਜੀਤ ਧਾਰਨੀ, ਤੁਹਾਡਾ ਬਹੁਤ ਸਵਾਗਤ ਹੈ। ਸਤਵੀਰਵਾਦੀ ਆਮ ਆਦਮੀ ਪਾਰਟੀ ਤੋਂ ਸਤਵੀਰਵਾਦੀ ਤੁਹਾਡਾ ਬਹੁਤ ਸਵਾਗਤ ਹੈ, ਅਤੇ ਕਰਨਜੀਤ ਸਿੰਘ ਬਰਾੜ ਇਹ ਵਕੀਲ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਇਹ ਪਟੀਸ਼ਨ ਜਿਨ੍ਹਾਂ ਨੇ ਪਾਈ ਹੈਗੀ ਉਹਨਾਂ ਦੇ ਵਕੀਲ ਹੈ, ਉਹਨਾਂ ਦੀ ਧਿਰ ਵੱਲੋਂ ਆਏ ਆ। ਕਰਨਜੀਤ ਸਿੰਘ ਬਰਾੜ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਕਰਨਜੀਤ ਬਰਾੜ ਤੁਹਾਨੂੰ ਕਰਨਾ ਚਾਹੂੰਗਾ, ਕਰਨਜੀਤ ਬਰਾੜ, ਕਿਹਨੂੰ ਤੁਸੀਂ ਚੈਲੇਂਜ ਕੀਤਾ? ਕਮਿਸ਼ਨ ਆਫ ਇਨਕੁਆਇਰੀ ਐਕਟ ਨੂੰ ਚੈਲੇਂਜ ਕੀਤਾ, ਰਿਪੋਰਟਸ ਨੂੰ ਚੈਲੇਂਜ ਕੀਤਾ, ਕਿਹਨੂੰ ਚੈਲੇਂਜ ਕੀਤਾ? ਨਹੀਂ, ਅਸੀਂ ਇਸ ਪਟੀਸ਼ਨ ਦੇ ਵਿੱਚ ਕਿਸੇ ਵੀ ਐਕਟ ਨੂੰ ਚੈਲੇਂਜ ਨਹੀਂ ਕੀਤਾ, ਇਨਕੁਆਇਰੀ ਆਫ ਕਮਿਸ਼ਨ ਐਕਟ ਨੂੰ ਚੈਲੇਂਜ ਨਹੀਂ ਕੀਤਾ, ਕਮਿਸ਼ਨ ਦੀ ਰਿਪੋਰਟ ਨੂੰ ਚੈਲੇਂਜ ਕੀਤਾ। ਉਹ ਸਾਡੇ 3 ਪਟੀਸ਼ਨਰ ਜਿਹੜੇ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਹੋ, ਜਿਵੇਂ ਕਿ SSP ਚਰਨ ਸਿੰਘ ਸ਼ਰਮਾ ਜੋ ਉਸ ਟਾਈਮ ਮੋਗੇ ਦੇ SSP ਸੀ, ਰਘਬੀਰ ਸਿੰਘ SSP ਅਤੇ SHO ਅਮਰਜੀਤ ਸਿੰਘ ਜੋ ਬਾਜਾਖਾਨਾ ਦੇ ਸੀ, ਇਹ 3 ਪਟੀਸ਼ਨਰਾਂ ਵੱਲੋਂ ਅਸੀਂ ਜੋ ਕਮਿਸ਼ਨ ਦੀ ਰਿਪੋਰਟ ਇਹਨਾਂ ਦੇ ਅਗੇਂਸਟ ਬਣੀ ਆ ਉਸ ਨੂੰ ਚੈਲੇਂਜ ਕੀਤਾ, ਨਾ ਕਿ ਅਸੀਂ ਕਿਸੇ ਐਕਟ ਨੂੰ ਚੈਲੇਂਜ ਕੀਤਾ। ਕੀ ਬਹਿਸ ਵਿੱਚ ਕੀ ਹੋਇਆ, ਕੋਈ ਦੱਸ ਸਕਦੇ ਹੋ? ਬਹਿਸ ਦੇ ਵਿੱਚ ਮੇਨਲੀ ਕਿਹਦੇ ਬਹਿਸ ਹੋਈ, 2.5 ਘੰਟੇ 3 ਘੰਟੇ ਬਹਿਸ ਹੋਈ? 2-2.5 ਘੰਟੇ ਬਹਿਸ ਹੋਈ, ਜੋ ਕਿ ਪ੍ਰੀ ਲੰਚ ਤੋਂ ਸਟਾਰਟ ਹੋਈ, 12:30 ਤੋਂ ਲੈ ਕੇ ਉਸ ਤੋਂ ਬਾਅਦ 2:30-3 ਵਜੇ ਤੱਕ ਬਹਿਸ ਚੱਲੀ ਇਸ ਕੇਸ ਦੇ ਵਿੱਚ। ਜੋ ਮੇਨਲੀ ਇਹਦੇ ਵਿੱਚ ਆਰਗੂਮੈਂਟ ਦੇ ਵਿੱਚ ਪੁਆਇੰਟ ਸੀ, ਸਭ ਤੋਂ ਵੱਡਾ ਤਾਂ ਜਿਵੇਂ ਜਿਸ ਤਰ੍ਹਾਂ ਪਹਿਲਾਂ ਇਸ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਤੋਂ ਪਹਿਲਾਂ ਇੱਕ ਜਸਟਿਸ
ਜੋਰਾ ਸਿੰਘ ਦਾ ਕਮਿਸ਼ਨ ਸੀਗਾ ਉਸ ਕਮਿਸ਼ਨ ਨੂੰ ਸੀਜ਼ ਕੀਤੇ ਬਿਨਾਂ ਨਵਾਂ ਕਮਿਸ਼ਨ ਦੀ ਫਾਰਮੇਸ਼ਨ ਡੀ ਨੋਟੀਫਾਈ ਕਰਨਾ ਜ਼ਰੂਰੀ ਸੀ ਬਿਲਕੁਲ ਸੈਕਸ਼ਨ 7 ਦੇ ਤਹਿਤ ਬਿਲਕੁਲ ਸੈਕਸ਼ਨ 7 ਦੇ ਤਹਿਤ ਉਹ ਸੀਜ਼ ਹੋਣਾ ਚਾਹੀਦਾ ਸੀ ਉਸ ਤੋਂ ਬਾਅਦ ਨੋਟੀਫਾਈ ਹੁੰਦਾ ਦੂਸਰਾ ਕਮਿਸ਼ਨ ਸੈਕਸ਼ਨ 8 ਦੇ ਤਹਿਤ ਹੋਣਾ ਸੀ ਸੈਕਸ਼ਨ 7 ਦੇ ਅਕੋਰਡਿੰਗ ਹੋਣਾ ਸੀ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਦੂਸਰੀ ਤਾਂ ਸੈਕਸ਼ਨ 8C ਜਿਹਦੇ ਵਿੱਚ ਕਿ ਜੋ ਵੀ ਕਲਪਰਿਸ ਜਾਂ ਅਕਿਊਜ਼ ਉਹਨਾਂ ਨੂੰ ਬਣਾਇਆ ਜਾ ਰਿਹਾ ਹੈ ਉਹਨਾਂ ਨੂੰ ਕ੍ਰਾਸ ਐਗਜ਼ਾਮੀਨੇਸ਼ਨ ਕਰਨ ਦੀ ਵਿਟਨੈਸਿਸ ਨੂੰ ਜੋ ਉਹਨਾਂ ਦੇ ਖਿਲਾਫ ਵਿਟਨੈਸ ਆ ਰਹੇ ਨੇ ਜੋ ਉਹਨਾਂ ਖਿਲਾਫ ਉਹਨਾਂ ਨੂੰ ਕ੍ਰਾਸ ਐਗਜ਼ਾਮੀਨੇਸ਼ਨ ਕਰਨ ਦੀ ਉਹਨਾਂ ਨੂੰ ਜੋ ਸੀ ਦੇਣੀ ਚਾਹੀਦੀ ਸੀ ਆਪਸ਼ਨਸ ਦੇਣੀਆਂ ਚਾਹੀਦੀਆਂ ਸੀ ਉਸ ਤੋਂ ਬਿਨਾਂ 8 ਸੈਕਸ਼ਨ 20 ਤੇ ਅਸੀਂ ਆਰਗੂਮੈਂਟ ਕੀਤਾ ਜੋ ਕਿ ਉਹਨਾਂ ਦੀ ਰੈਪੋ ਤੇ ਪ੍ਰੀਜੁਡਾਈਜ਼ ਹੋਇਆ ਹੋਇਆ ਮਾਮਲੇ ਉਹਨਾਂ ਨੂੰ ਕੀਤਾ ਗਿਆ ਇਹਨਾਂ ਤਿੰਨ ਮਾਮਲਿਆਂ ਨੂੰ ਅਸੀਂ ਬੇਸਿਕਲੀ ਲੈ ਕੇ ਪਟੀਸ਼ਨ ਜੋ ਅਸੀਂ ਜਾਜਿਕਾ ਫਾਈਲ ਕੀਤੀ ਸੀ ਉਸ ਦੇ ਵਿੱਚ ਤੁਹਾਨੂੰ ਪਤਾ ਕੋਰਟ ਨੇ ਅੱਜ ਨੋਟਿਸ ਕੀਤਾ ਤੇ ਉਹਦੇ ਉੱਪਰ ਸਟੇ ਸਰਕਾਰ ਨੂੰ ਕੀ ਨੋਟਿਸ ਕੀਤਾ ਸਰਕਾਰ ਨੂੰ ਹੁਣ ਇਸੇ ਮਹੀਨੇ ਦੀ 20 ਤਰੀਕ ਆ ਜਿਸ ਤੇ ਸਰਕਾਰ ਨੇ ਰਿਪਲਾਈ ਫਾਈਲ ਕਰਨਾ ਹੈ ਮੀਨਵਾਈਲ ਜੋ ਪਟੀਸ਼ਨਰ ਸੀ ਤਿੰਨ ਇਹਨਾਂ ਤਿੰਨਾਂ ਦੇ ਅਗੇਂਸਟ ਜੋ ਵੀ ਕਾਰਵਾਈ ਕੀਤੀ ਹੋਗੀ ਉਸ ਦੇ ਉੱਪਰ ਸਟੇ ਲਾਈ ਗਈ ਹੈ ਸਿੱਧੇ ਸ਼ਬਦਾਂ ਵਿੱਚ ਮੈਂ ਸਮਝਾਂ ਸਰਕਾਰ ਘਿਰ ਗਈ ਇਸ ਮਾਮਲੇ ਤੇ ਨਹੀਂ ਮੈਂ ਇਸ ਤਰ੍ਹਾਂ ਦਾ ਕੋਈ ਨਹੀਂ ਕਹਿ ਸਕਦਾ ਵੀ ਸਰਕਾਰ ਘਿਰ ਗਈ ਜਾਂ ਸਰਕਾਰ ਡਿੱਗ ਪਈ ਇਹੋ ਜਿਹਾ ਕੋਈ ਗੱਲ ਨਹੀਂ ਹੈ ਗੱਲ ਇਹ ਹੈ ਵੀ ਜੋ ਉਹਦੇ ਵਿੱਚ ਲੀਗਲੀ ਪੁਆਇੰਟ ਸੀਗੇ ਜੋ ਇਲੀਗਲ ਇਸ਼ੂ ਮੈਂ ਹੋਰ ਸਿੱਧਾ ਕਰ ਦੇਣਾ ਸਵਾਲ ਪੁਲਿਸ ਵਾਲੇ ਵੱਜ ਜਾਣਗੇ ਦੇਖੋ ਜੀ ਇਹ ਤਾਂ ਦੇਖਿਆ ਜਾਂਦਾ ਹੈ ਜਿਸ ਤਰ੍ਹਾਂ ਉਹਨਾਂ ਦੇ ਪੱਖ ਵੱਲੋਂ ਬਿਲਕੁਲ ਅਸੀਂ ਤਾਂ ਕਵਾਂਗੇ ਪੁਲਿਸ ਵਾਲੇ ਵੱਜ ਜਾਣਗੇ ਬਿਲਕੁਲ ਅਸੀਂ ਤਾਂ ਇਹ ਕਵਾਂਗੇ ਵੱਜ ਜਾਣਗੇ ਰਿੰਪਲ ਮੇਟਾ ਤੁਸੀਂ ਇਸ ਕਮਿਸ਼ਨ ਦੀ ਰਿਪੋਰਟ ਵਿੱਚ ਇੱਕ ਵੱਡਾ ਪਹਿਲੂ ਅੱਗੇ ਰੱਖਿਆ ਸੀਗਾ ਪੁਲਿਸ ਵਾਲਿਆਂ ਤੇ ਕਾਰਵਾਈ ਹੋਵੇਗੀ ਜਿਹੜੀ ਅਣਪਛਾਤੀ ਪੁਲਿਸ ਹੈ ਉਸ ਨੂੰ ਨਾਮਜ਼ਦ ਕੀਤਾ ਜਾਵੇਗਾ ਤੇ ਇੱਧਰ ਵਕੀਲ ਇਹ ਕਹਿ ਰਹੇ ਆ ਕਿ ਪੁਲਿਸ ਵਾਲੇ ਵੱਜ ਜਾਣਗੇ ਹੁਣ ਸਰਕਾਰ ਕੋਲੇ ਕੀ ਜਵਾਬ ਹੈ ਨਹੀਂ ਦੇਖੋ ਗੱਲ ਇਹ ਹੈ ਇਹ ਬਾਈ ਪ੍ਰੋਫੈਸ਼ਨ ਵਕੀਲ ਨੇ ਔਰ ਇਹਨਾਂ ਦਾ ਜਿਹੜਾ ਇਹ ਆਪਦੇ ਪ੍ਰੋਫੈਸ਼ਨ ਨਾਲ ਨਿਆਂ ਕਰਦੇ ਹੋਏ ਇਹ ਜਿਹੜੇ ਉਹ ਆਪਦੇ ਪਟੀਸ਼ਨਰ ਜਿਹੜੇ ਨੇ ਵੱਡੀ ਟੀਮ ਹੈ ਕਲਾਇੰਟ ਨੇ ਤੁਹਾਡੇ ਕੋਲ ਵੱਡੀ ਆਰੇ ਪਰ ਦੇਵਾਂਗੇ ਜਵਾਬ ਇਹ ਲੂਪਰ ਕਿਉਂ ਰੱਖੇ ਤੁਸੀਂ ਜੀ ਦੇਵਾਂਗੇ ਲੂਪਰ ਕਿਉਂ ਰੱਖੇ ਤੁਸੀਂ ਸਾਨੂੰ ਰਿਪਲਾਈ ਕਰਨ ਦਾ ਚੈਲੰਜ ਹੋ ਰਿਹਾ ਸਾਨੂੰ ਰਿਪਲਾਈ ਕਰਨ ਦਾ ਸਮਾਂ ਦਿੱਤਾ ਅਸੀਂ ਦੇਵਾਂਗੇ ਜਵਾਬ ਇਹ ਦੇਖੋ ਇਹ ਜਿਹੜਾ ਸੰਵਿਧਾਨ ਹੈ ਕਾਨੂੰਨ ਹੈ ਉਸ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਹਰੇਕ ਬੰਦਾ ਚਾਹੇ ਉਹ ਮਰਡਰ ਵੀ ਕਿਉਂ ਨਾ ਕੀਤਾ ਹੋਵੇ ਉਸ ਨੂੰ ਵੀ ਜਿਹੜਾ ਉਸ ਦੀ ਸੁਣਵਾਈ ਹੈ ਉਸ ਨੂੰ ਮੌਕਾ ਦਿੰਦੀ ਹੈ ਅਦਾਲਤ ਉਸ ਤਰੀਕੇ ਨਾਲ ਹੀ ਇਹ ਮੌਕਾ ਦਿੱਤਾ ਗਿਆ ਇੱਕ ਪ੍ਰੋਵੀਜ਼ਨ ਜਿਹੜੀ ਉਸ ਦੇ ਤਹਿਤ ਔਰ ਇਸ ਦੇ ਨਾਲ ਕੋਈ ਦੋਸ਼ੀ ਬਚ ਗਿਆ ਜਾਂ ਸਰਕਾਰ ਕਮਿਸ਼ਨ ਆਫ ਇਨਕੁਆਇਰੀ ਐਕਟ 152 ਦਾ ਤੁਸੀਂ ਉਲੰਘਣ ਕੀਤਾ ਤੁਸੀਂ ਉਹਨੂੰ ਫਾਲੋ ਨਹੀਂ ਕੀਤਾ ਜਾਣਬੁੱਝ ਕੇ ਕੋਈ ਛੱਡਿਆ ਇਹ ਚੀਜ਼ਾਂ ਸਾਡੇ ਕਾਨੂੰਨੀ ਮਾਹਰ ਜਾਣਦੇ ਨੇ ਔਰ ਜਿਹੜੇ ਆ ਅਸੀਂ ਇਸ ਦਾ ਸਾਨੂੰ ਰਿਪਲਾਈ ਕਰਨ ਦਾ ਮੌਕਾ ਮਿਲਿਆ ਟਾਈਮ ਦਿੱਤਾ ਅਸੀਂ ਬਿਲਕੁਲ ਬਕਾਇਦਾ ਜਿਹੜਾ ਹੈ ਉਹ ਤਿਆਰੀ ਦੇ ਨਾਲ ਅਸੀਂ ਆਪਦਾ ਰਿਪਲਾਈ ਫਾਈਲ ਕਰਾਂਗੇ ਔਰ ਬਿਲਕੁਲ ਜਿਹੜੇ ਹੈ ਇਸ ਤਰੀਕੇ ਜਿਵੇਂ ਯਾਨੀ ਕਿ ਮਾਮਲਾ ਲਟਕਦਾ ਜਾਏਗਾ ਬਿਲਕੁਲ ਮਾਮਲਾ ਲਟਕਦਾ ਜਾਏਗਾ ਇੱਕ ਜੱਸੀ ਰਣਜੀਤ ਸਿੰਘ ਵੀ ਨਹੀਂ ਲਟਕਣ ਦੇਵਾਂਗੇ ਉਸ ਤੋਂ ਬਾਅਦ ਕੋਰਟ ਵਿੱਚ ਤਰੀਕਾ ਦੇਖੋ ਜਿਹੜਾ ਮੈਂ ਪਹਿਲਾਂ ਕਿਹਾ ਭਾਰਤੀ ਕਾਨੂੰਨ ਦੇ ਮੁਤਾਬਕ ਜਿਹੜੀ ਪ੍ਰੋਵੀਜ਼ਨ ਕਿਸੇ ਇੱਕ ਸਿਟੀਜ਼ਨ ਨੂੰ ਹਾਸਲ ਹੈ ਉਸ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਪ੍ਰੋਵੀਜ਼ਨ ਦਾ ਜੋ ਫਾਇਦਾ ਚੱਕਿਆ ਉਹਨਾਂ ਨੂੰ ਉਨਾ ਹੀ ਐਡਵਾਂਟੇਜ ਦਿੱਤਾ ਤੇ ਮਿਲਣਾ ਹੈ ਇਸ ਤੋਂ ਬਾਅਦ ਉਹਨਾਂ ਨੂੰ ਐਡਵਾਂਟੇਜ ਮੇਰਾ ਬੜਾ ਸਿੱਧਾ ਸਵਾਲ ਹੈ ਤੁਸੀਂ ਨਾ ਤਾਂ ਸਿਆਸਤ ਨੂੰ ਫਸਾਉਣਾ ਚਾਹੁੰਦੇ ਹੋ ਜਿਨ੍ਹਾਂ ਨੇ ਉਦੋਂ ਹੁਕਮ ਦਿੱਤੇ ਸੀ ਨਾ ਤੁਸੀਂ ਪੁਲਿਸ ਵਾਲਿਆਂ ਨੂੰ ਫਸਾਉਣਾ ਚਾਹੁੰਦੇ ਹੋ ਤੁਸੀਂ ਸਾਰਿਆਂ ਨੂੰ ਬਰੀ ਕਰਾਉਣਾ ਚਾਹੁੰਦੇ ਹੋ ਅਸੀਂ ਕਿਸੇ ਦੋਸ਼ੀ ਨੂੰ ਨਹੀਂ ਬਖਸ਼ਣਾ ਚਾਹੁੰਦੇ ਵੇਖੋ ਮੈਂ ਪਹਿਲਾਂ ਹੀ ਕਿਹਾ ਤੁਸੀਂ ਸਾਡੀ ਕਿਸੇ ਵੀ ਤਰ੍ਹਾਂ ਦੀ ਇੰਟੀਗ੍ਰਿਟੀ ਤੇ ਡਾਊਟ ਨਾ ਕਰੋ ਅਸੀਂ ਹਰ ਕੋਈ ਡਾਊਟ ਕਰ ਰਹੇ ਹਾਂ ਮੈਂ ਤੁਹਾਡੇ ਵਿਰੋਧੀ ਤੁਹਾਡੇ ਦੀ ਡਾਊਟ ਕਰ ਰਹੇ ਹਾਂ ਜਿਹੜੇ ਉੱਥੇ ਇਨਸਾਫ ਮੰਗਣ ਵਾਸਤੇ ਬੈਠੇ ਹੋਏ ਆ ਲੋਕ ਮੋਰਚੇ 'ਚ ਬੈਠੇ ਆ ਉਹ ਤੁਹਾਡੇ ਦੇ ਸਵਾਲ ਚੁੱਕ ਰਹੇ ਆ ਸਾਰਿਆਂ ਮੈਂ ਜਿਹੜੀ ਗੱਲ ਕਹਿ ਰਿਹਾ ਅਸੀਂ ਇਸ ਦੇ ਉੱਤੇ ਬਹੁਤ ਸਪੀਡੀ ਕੰਮ ਕੀਤਾ ਔਰ ਬਹੁਤ ਵਧੀਆ ਕੰਮ ਕੀਤਾ ਔਰ ਇਹ ਜਿਹੜੇ ਹੈ ਬਹੁਤ ਜਿਹੜਾ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਬਹੁਤ ਨੇੜੇ ਲੈ ਗਏ ਆ ਔਰ ਇਹ ਤੁਸੀਂ ਜੇ ਮੈਂ ਫਿਰ ਕਹਿ ਕੇ ਅੱਜ ਦੀ ਇਸ ਗੱਲ ਨੂੰ ਸਾਰੀ ਕੀਤੀ ਕਰਾਈ ਤੇ ਮਿੱਟੀ ਨਾ ਪਾਓ ਮੈਂ ਫਿਰ ਕਹਿ ਇੱਕ ਪ੍ਰੋਵੀਜ਼ਨ ਹੈ ਉਹਨਾਂ ਨੇ ਆਪਦਾ ਅਧਿਕਾਰ ਕਾਨੂੰਨੀ ਹਾਸਲ ਕੀਤਾ ਕਰ ਲੈਣ ਦਿਓ ਔਰ 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 ਕਰਾਈ ਤੇ ਮਿੱਟੀ ਨਾ ਪਾਓ ਮੈਂ ਸਵਾਲ ਤੁਹਾਡੇ ਤੋਂ ਲੈ ਕੇ ਆਵਾਂਗਾ ਥੋੜਾ ਬ੍ਰੇਕ ਲੈਣੇ ਬ੍ਰੇਕ ਤੋਂ ਵਾਪਸ ਆਵਾਂਗੇ ਸਵਾਲ ਬਹੁਤ ਸਾਰੇ ਹੈਗੇ ਰਿਪੋਰਟ ਗੋਲੀਕਾਂਡ ਤੇ ਹਾਈ ਕੋਰਟ ਜਿਹੜੇ ਲੋਕ ਇਨਸਾਫ ਦੀ ਉਡੀਕ ਵਿੱਚ ਬੈਠੇ ਹੋਏ ਆ ਉਹਨਾਂ ਨੂੰ ਸਰਕਾਰ ਕੀ ਦਵੇਗੀ ਕਿਉਂਕਿ ਮਾਮਲਾ ਹੁਣ ਅਦਾਲਤ ਵਿੱਚ ਪਹੁੰਚ ਗਿਆ ਤੇ ਅਦਾਲਤ ਜਿਹੜੇ ਵਕੀਲ ਹੈ ਕਿ ਆ ਜਿਹੜੇ ਉੱਥੇ ਕੇਸ ਲੜਦੇ ਹੈ ਕਿ ਆ ਉਹਨਾਂ ਦੀਆਂ ਕੁਝ ਮਜਬੂਰੀਆਂ ਹੈਗੀਆਂ ਉਹ ਸਾਰੀਆਂ ਜੀਆਂ ਸਾਡੇ ਨਾਲ ਸਾਂਝੀਆਂ ਨਹੀਂ ਕਰ ਸਕਦੇ ਪਰ ਸਵਾਲ ਜਵਾਬ ਉਹਨਾਂ ਤੋਂ ਹੋਣਗੇ ਜ਼ਰੂਰ ਕਿ ਬਚ ਜਾਵੇਗੀ ਪੁਲਿਸ ਬ੍ਰੇਕ ਤੋਂ ਵਾਪਸ ਆ ਰਹੇ ਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪੁਲਿਸ ਦੀ ਹਾਈ ਕੋਰਟ ਵਿੱਚ ਚੁਣੌਤੀ ਦੇ ਸਿਆਸੀ ਮਾਇਨੇ ਕੀ ਆ ਅਮਰਜੀਤ ਸਿੰਘ ਧਾਰਨੀ ਤੁਸੀਂ ਵਕੀਲ ਹੋ ਹਾਂਜੀ ਤੁਹਾਨੂੰ ਵੀ ਪਤਾ ਸੀਗਾ ਵੀ ਇਹ ਲੂਪ ਹੋਲ ਛੱਡੇ ਹੋਏ ਆ ਇਸ ਕਰਕੇ ਤੁਸੀਂ ਵਾਰ ਵਾਰ ਕਹਿ ਰਹੇ ਸੀ ਕਰੋ ਸਾਡੇ ਤੇ ਕੇਸ ਦਰਜ ਚੈਲੰਜ ਕਰ ਰਹੇ ਸੀਗੇ ਇਸ ਕਰਕੇ ਕਰ ਰਹੇ ਸੀ ਨਹੀਂ ਨਹੀਂ ਤੁਹਾਡੇ ਤੇ ਇਲਜ਼ਾਮ ਸਿੱਧੇ ਆ ਤੁਸੀਂ ਫ੍ਰੈਂਡਸ਼ਿਪ ਮੈਚ ਖੇਡਦੇ ਸੀ ਤੁਹਾਨੂੰ ਪਤਾ ਸੀ ਇਹ ਲੂਪ ਹੋਲ ਛੱਡੇ ਹੋਏ ਆ ਨਹੀਂ ਨਹੀਂ ਬਿਲਕੁਲ ਗਲਤ ਗੱਲ ਹੈ ਇਹ ਤਾਂ ਤੁਹਾਡੇ ਐਲੀਗੇਸ਼ਨ ਹੈ ਜਦੋਂ ਜਿਸ ਤਰ੍ਹਾਂ ਤੁਸੀਂ ਅਕਸਰ ਸਾਡੇ ਤੇ ਅਕਸਰ ਨਹੀਂ ਮੈਂ ਸਬੂਤਾਂ ਦੇ ਆਧਾਰ ਤੇ ਗੱਲ ਕਰ ਰਿਹਾ ਇਹ ਮੈਂ ਕਾਂਗਰਸ ਤੇ ਕੁਐਸਚਨ ਕਰਦਾ ਇਹੀ ਕਿ ਇੱਕ ਜੁਡੀਸ਼ੀਅਲ ਕਮਿਸ਼ਨ ਬਣਿਆ ਕਮਿਸ਼ਨ
उन्होंने मुताबक जदों कोई इस तरह का कमीशन बनाया जाता है सैक्शन 7 दे विच सारयां नूं पता सानू पता असी तां एडवोकेट जनरल है नहीं कि एक कमीशन जे बन गया जदों तक वो डी नोटिफाई नहीं हुंदा सीज नहीं हुंदा सीज होने तो बाद नवा कमीशन हैगा जिहड़ा वो दोबारा नोटिफाई होना जे जदों ये बेसिक जिहड़ियां चीज़ां हैगियां ये कांग्रेस की ये जी इंटैग्रिटी हैगी एक डाउट क्रिएट कर रही है ये जान बुझ के इन्हां दी वकील भी है हाँ जी मेरा सवाल बड़ा सिंपल हैगा तारी साहब हुण जस्टिस रणजीत सिंह कमीशन की रिपोर्ट नूं उत्थे चुनौती दित्ती की है रिपोर्ट तां नहीं खारिज हो जू सारी देखो संविधान है ना जिहड़ा उहदे मुताबक जिहड़े लूपहोल्स ऑफ द कमीशन हैगे आ देखो एक गल तो यह गल हो सकती है कि जदों तक पहली डी नोटिफाई नहीं हुंदी सीज नहीं हुंदी अगली खुल नहीं सकती जे पहली सीज होगी तो उतो बाद जिहड़ी हैगी अगली नोटिफाई होगी अमरजीत सरदार ने ईमानदार नाल जवाब दो ईमानदारी नाल मैं ए रिपोर्ट तां नहीं खारिज हो सकदी ना बिल्कुल हो सकदी है मैं एक मिनट मैं जिहड़ा जवाब दे रहा मैं एडवोकेट दे रहा क्योंकि एक चीज जदों एक होंद दे विच हैगी दूजी नहीं आ सकती जदों दूई खत्म होगी फिर नवीं आऊगी ठीक है सतबीर वालिया वकील तुसीं भी हो सतबीर वालिया रिपोर्ट ही पूरी खारिज हो जूगी देखो के पी जी पहला तो मैं छोटी जी अद्धे सेकंड की गल कंप्लीट करना चाहना है कि साडे सिखां नाल की होया 84 तो लेके बरगाड़ी तक असीं कमिश्नर च फस के रह गए इंसाफ ना 84 च मिलिया ना हुण बरगाड़ी च मिलता नज़र आ रहा है तो थोड़े सामने देखो सैक्शन 7 जोरा सिंह का कमीशन जो बनया जो जो भी इनकुआरी कमीशन बनता है एक सिविल कोर्ट की पावर होंगी है जुडिशियल पावर होंगी है रोक रहा सतवी वालिया तुहाडे कोल भी बड़ी लीगल फौज हैगी है देखो एक कमीशन जुडिशियल पावर होंगी है अकॉर्डिंगली सब समन कर सकता है बुला सकता है देखो जोरा सिंह कमीशन सीगा उन्हें भी समनिंग कीतियां उस तो बाद इस कमीशन ने भी समनिंग कीतियां लेके अपने गवाह दर्ज किए पर गल उही आ गई हुण तुसीं सानू फ्रेंडली मैच कह रहे हो यह तो फ्रेंडली मैच कांग्रेस के अकालियों का लगता है क्योंकि जोरा सिंह कमीशन ने डी नोटिफाई नहीं किया दूजे कमीशन की अथॉरिटी से डाउट हो गया थोड़े सामने वकील साडे वकील वीर बैठे जिन्हें पटीशन फाइल की उन्होंने लीगल ग्राउंड से लैके पटीशन फाइल करती जे यह कमीशन की बजाए इनिशियल स्टेज पे ही SIT बना के क्योंकि अकालियों का करना नहीं सीगा उन्होंने सारा किया कराया इस करके उन्होंने कुछ नहीं करना सीगा उन्होंने गोलियां टैंपर करियां हर कुछ सब कुछ उन्हें पूरे हथकंडे अपनाए कि बरगाड़ी कांड नूं दबाता जाए बेअदबी नूं दबाता जाए पर जो कांग्रेस आई सी इन्होंने कमीशन बनाने की बजाय जो असीं शुरू से कहते आ रहे हैं जे इनिशियल स्टेज पे SIT बना के कार्रवाई करते परचे दर्ज होए सीगे नाम ऐड करते अरैसट पाते ताकि वह कल फिर वो कमीशन की रिपोर्ट को चैलेंज करने जमानत करने वास्ते लेने वास्ते जाते फिर अपने आप प्रूव करते पर उही गल फिर मैं कह रहा कमीशन और कमीशन करके सिर्फ साडे नूं इंसाफ तो वज रखने की गल की जा रही है अमृत सिधारनी इतफाक रखते हो इस गल नहीं नहीं ये तो बिल्कुल देखो आम आदमी पार्टी वाले तो जिहड़ी गल करदे आ तां लैक्चर देण दी गल कर रहे हैं कि लैक्चर तुसीं दे लो ना देखो ये कह रहे हैं SIT एक मिनट ये गल कह रहे हैं अमृत धारनी ये गल कर रहे एक मिनट सतवीर वालिया ये गल कह रहे SIT बना के उन्होंने नामजद कर दे जमानत लैण लई भज्जे फिरदे हुण चुनौतियां ना दिंदे मैं मेरी एक मिनट पहला सवाल सुन लिओ मेरा मैनूं गल कहण दिओ बोलो सब तो पहली गल ये हैगी है कि इस केस दे विच जिहड़े फूलका साहब हैगे सब तो वड्डी अहम भूमिका निभा रहे हैं जिन्हां ने दिल्ली वाले 84 वाले कांड दे विच घट्टो घट 28 कमिश्नर नूं यूज करते रहे वरतते रहे उन्हां ते जिहड़े हैगे कार्रवाई करते रहे एक मिनट ठहर जिओ हुण एक मिनट मेरा सवाल सुन 28 कमिश्नर नूं फूलका साहब वरतते रहे ने जो कह रहे हो कमिश्नर के जरिए अगे वधदे रहे सपोर्ट करदे सी उन्हां नूं क्यों नहीं ऑब्जेक्ट करिया इस ओदे विच के जदों तक एक कमिशन सीज नहीं हो जांदा दूसरा नहीं नोटिफाई हो सकदा हुण फूलका साहब जलाना फूलका साहब ने चलानी शुरू नहीं कर दी गल और बता साहब एक मिनट तुसीं फूलका साहब दे सारे हुण
ਮੇਰੀ ਗੱਲ ਤਾਂ ਸੁਣੋ, ਤਾਰੀ ਸਾਹਿਬ ਕਿਹੋ ਜਿਹਾ ਤਰਕ ਦੇ ਰਹੇ ਹੋ ਤੁਸੀਂ? ਵਿਧਾਨ ਸਭਾ ਦੇ ਵਿੱਚ ਬੈਠੇ ਆ ਉਹ, ਵਿਧਾਨ ਸਭਾ ਦੇ ਵਿੱਚ ਤੁਸੀਂ ਇਹ ਸਵਾਲ ਕਰ ਸਕਦੇ ਹੋ, ਇਹ ਸਵਾਲ ਕਰ ਸਕਦੇ ਹੋ, ਵਿਧਾਨ ਸਭਾ ਦੇ ਵਿੱਚ ਇਹ ਜਿਹੜਾ ਹੈਗਾ ਕਮਿਸ਼ਨ ਜਿਹੜਾ ਹੈਗਾ ਨੋਟੀਫਾਈ ਹੋਇਆ ਤੇ ਉਹ ਕੋਈ رائے ਨਹੀਂ ਦੇ ਰਹੇ ਹੋ, ਹੀ ਇਸ ਲੀਡਰ ਆਫ ਦਾ ਅਪੋਜੀਸ਼ਨ ਐਟ ਦੈਟ ਟਾਈਮ। ਤੁਹਾਡੇ ਐਮਐਲਏ ਵੀ ਹੈਗੇ ਸੀ ਉਹ ਕਹਿੰਦੇ, ਇੱਕ ਮਿੰਟ ਜੀ, ਮੇਰਾ ਜਵਾਬ ਇਹ ਸਵਾਲ ਵਾਜਬ ਹੈਗਾ, ਇਹ ਸਵਾਲ ਵਾਜਬ ਹੈਗਾ, ਮੈਂ ਆ ਰਿਹਾ। ਹੀ ਵਾਸ ਦਾ ਲੀਡਰ ਆਫ ਦਾ ਅਪੋਜੀਸ਼ਨ, ਉਹਨਾਂ ਨੇ ਦੇਖਿਆ ਹੀ ਨਹੀਂ ਹੈਗਾ, ਫਿਰ ਉਹਨਾਂ ਦੀ ਕੀ ਹੁਣ ਇੰਟੈਗ੍ਰਿਟੀ, ਉਹਨਾਂ ਦੀ ਵਕਾਲਤ ਵਾਲੀ ਤੇ ਡਾਊਟ ਕਰਿਆ ਜਾਵੇ, ਜਾਂ ਇਹਨਾਂ ਦਾ ਜਿਹੜਾ ਐਡਵੋਕੇਟ ਜਰਨਲ ਹੈਗਾ ਉਹਦੀ ਇੰਟੈਗ੍ਰਿਟੀ ਤੇ ਡਾਊਟ ਕਰਿਆ ਜਾਵੇ, ਜਾਂ ਕਿੱਥੇ ਡਾਊਟ ਕੀਤਾ ਜਾਵੇ। ਠੀਕ ਹੈ ਸਤਵੀਰ ਵਾਲੀਆ, ਇਹ ਤਾਂ ਹੁਣ ਫੁਲਕਾ ਸਾਹਿਬ ਦੇ ਸਾਰੇ ਆ ਕਿ ਫੁਲਕਾ ਸਾਹਿਬ ਨੂੰ ਉੱਥੇ ਬੋਲਣਾ ਚਾਹੀਦਾ ਸੀ। ਦੇਖੋ, ਲੱਖਾਂ ਰੁਪਏ ਤਨਖਾਹਾਂ ਐਡਵੋਕੇਟ ਜਰਨਲ ਨੂੰ ਅਕਾਲੀ ਸਮੇਂ ਮਿਲਦੀਆਂ ਰਹੀਆਂ, ਕਾਂਗਰਸ ਸਮੇਂ ਮਿਲਦੀਆਂ ਰਹੀਆਂ, ਜੇ ਉਹ ਇੱਕ ਐਡਵਾਈਜ਼ ਨਹੀਂ ਦੇ ਸਕਦੇ ਸਰਕਾਰ ਨੂੰ ਤਾਂ ਉਹਨਾਂ ਦੇ ਰਹਿਣ ਦਾ ਕੀ ਆਧਾਰ ਹੈ? ਲੀਗਲ ਜਿਹੜੀ ਰਾਏ ਹੈ, ਲੀਗਲ ਰਾਏ ਇੱਕ ਐਡਵੋਕੇਟ ਜਰਨਲ ਦੇਣੀ ਹੁੰਦੀ ਹੈ, ਇੱਕ ਟੌਪ ਆਫ ਦੀ ਜਿਹਨੂੰ ਕਹਿੰਦੇ ਆ ਲੀਗਲ ਪੈਨਲ ਦਾ ਹੈੱਡ, ਜਿਹਨੇ ਹਾਈ ਕੋਰਟ 'ਚ ਸਰਕਾਰ ਨੂੰ ਡਿਫੈਂਡ ਕਰਨਾ ਹੈ, ਸਰਕਾਰ ਨੇ ਕਿਸ ਨੂੰ ਡਿਫੈਂਡ ਕਰਨਾ ਹੈ? ਜੇ ਇੱਕੋ ਲੀਗਲ ਰਾਏ ਨਾ ਅਕਾਲੀ ਸਰਕਾਰ 'ਚ ਨਾ ਕਾਂਗਰਸ ਸਰਕਾਰ ਦੇ ਸਕਦਾ ਤਾਂ ਮੇਰੇ ਹਿਸਾਬ ਨਾਲ ਕੋਈ ਫਾਇਦਾ ਨਹੀਂ ਹੈਗਾ। ਜੇ ਤੁਸੀਂ ਫਿਰ ਵੀ ਆਮ ਆਦਮੀ ਪਾਰਟੀ 'ਤੇ ਡਿਪੈਂਡ ਰਹਿਣਾ ਤਾਂ ਸਾਨੂੰ ਕਹੋ ਤੁਸੀਂ, ਅਸੀਂ ਅੱਗੇ ਆ ਕੇ ਤੁਹਾਨੂੰ ਉਹ ਹਿਸਾਬ ਨਾਲ ਜਿਵੇਂ ਲੀਗਲ ਵੇ ਨਾਲ ਚੱਲਣਾ। ਚਲੋ ਛੱਡੋ ਡਿਪੈਂਡ ਰਹਿਣਾ, ਪਰ ਤੁਸੀਂ ਮੁੱਖ ਵਿਰੋਧੀ ਧਿਰ ਹੋ, ਤੁਹਾਨੂੰ ਸਵਾਲ ਚੁੱਕਣਾ ਚਾਹੀਦਾ ਸੀ ਕਿਉਂਕਿ ਇਹ ਤਾਂ ਆਪ ਫਸੇ ਹੋਏ ਇਸ ਮਾਮਲੇ ਵਿੱਚ। ਦੇਖੋ, ਤੁਹਾਨੂੰ ਸਵਾਲ ਪੁੱਛਣਾ ਚਾਹੀਦਾ ਸੀ ਕਮਿਸ਼ਨ ਦੀ ਰਿਪੋਰਟ ਦੇ ਉੱਤੇ। ਅਸੀਂ ਇਮੀਡੀਏਟ ਐਕਸ਼ਨ ਲੈਣ ਵਾਸਤੇ ਅਸੀਂ ਸ਼ੁਰੂ ਤੋਂ ਇਹ ਵੀ ਕਹਿੰਦੇ ਰਹੇ ਹਾਂ, ਤੁਸੀਂ ਸਾਡੇ LOP ਜਿਹੜੇ ਹਰਪਾਲ ਚੀਮਾ ਜਿਹੜੀ ਸਟੇਟਮੈਂਟ ਸੁਣੀ ਹੋਣੀ ਵਿਧਾਨ ਸਭਾ 'ਚ, ਉਹਨਾਂ ਨੇ ਸਾਫ਼ ਕਿਹਾ ਸੀਗਾ ਕਿ ਜਿਵੇਂ ਪਹਿਲਾਂ ਕੈਪਟਨ ਸਾਹਿਬ ਨੇ ਪਰਚੇ ਦਰਜ ਕਰੇ ਸੀਗੇ ਗਵਾਹ ਮੁਕਰਵਾ ਕੇ ਪੂਰਾ ਅਕਾਲੀ ਦਲ ਬਰੀ ਹੋ ਗਿਆ, ਇਹ ਕਮਿਸ਼ਨ ਨਾਲ ਵੀ ਸੇਮ ਹੀ ਹੋਣਾ ਹੈ, ਸਾਨੂੰ ਇਹ ਚੀਜ਼ ਦਾ ਡਾਊਟ ਹੈ, ਤਾਂ ਇਮੀਡੀਏਟ ਪਰਚੇ ਦਰਜ ਕਰਕੇ ਇਮੀਡੀਏਟ ਅਰੈਸਟਾਂ ਪਾ ਕੇ ਕਾਰਵਾਈ ਅੱਗੇ ਵਧਾਈ ਜਾਵੇ, ਪਰ ਉਹ ਨਹੀਂ ਹੋਈ। ਠੀਕ ਹੈ, ਕਰਨਜੀ ਬਰਾੜ। ਹਾਂਜੀ, ਜੱਸੀ ਰਣਜੀਤ ਸਿੰਘ, ਕਮਿਸ਼ਨ ਦੀ ਰਿਪੋਰਟ ਤੇ ਰਿਕਮੈਂਡੇਸ਼ਨਸ ਹੋ ਸਕਦੀਆਂ, ਕਾਰਵਾਈ ਦੇ ਲਈ ਉਹ ਬਾਈਂਡਿੰਗ ਨਹੀਂ ਹੈ? ਬਿਲਕੁਲ। ਜੱਸੀ ਰਣਜੀਤ ਸਿੰਘ, ਕਮਿਸ਼ਨ ਦੀ ਰਿਪੋਰਟ ਹੈ ਉਹਦੇ ਕੋਈ ਮਾਇਨੇ ਹੈ ਜਾਂ ਨਹੀਂ ਹੈ? ਇੱਕ ਵਕੀਲ ਕੀ ਕਹਿੰਦਾ? ਦੇਖੋ, ਇੱਕ ਜੇ ਅਸੀਂ ਮਾਇਨੇ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਗੱਲ, ਜਿਸ ਤਰ੍ਹਾਂ ਜੀ ਪਹਿਲਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਪਹਿਲਾਂ ਕਮਿਸ਼ਨ ਜੋ ਜੋਰਾ ਸਿੰਘ ਜੀ ਦਾ ਸੀ ਉਹ ਜਿਹੇ ਸੀਜ਼ ਨਹੀਂ ਹੋਇਆ ਸੀਗਾ, ਤਾਂ ਅਸੀਂ ਇਸ ਕਮਿਸ਼ਨ ਨੂੰ ਇਨ ਦੀ ਕੰਟੀਨਿਊਸ਼ਨ ਆਫ ਅਰਲੀਅਰ ਕਮਿਸ਼ਨ ਕਹਿ ਸਕਦੇ ਹਾਂ, ਨਾ ਕਿ ਇੱਕ ਸੈਪਰੇਟ ਕਮਿਸ਼ਨ ਬਣਾਇਆ ਜੋ ਅਸੀਂ ਕੰਟੀਨਿਊਸ਼ਨ ਦੇ ਵਿੱਚ ਉਸੇ ਤਰ੍ਹਾਂ ਹੀ ਚੱਲਦਾ ਆਇਆ। ਬਾਕੀ ਜੇ ਆਪਾਂ ਗੱਲ ਕਰਦੇ ਹਾਂ ਵੀ ਇਹਨਾਂ ਦੇ ਉੱਪਰ ਕੀ ਤਾਂ, ਇਹ ਕਦੇ ਵੀ ਨਹੀਂ ਹੋਊਗਾ ਵੀ ਇੱਕ ਕਮਿਸ਼ਨ ਨੇ ਰਿਪੋਰਟ ਦਿੱਤੀ ਇਹ ਥੋੜ੍ਹਾ ਜਿਹਾ ਫੜ ਕੇ ਜੋ ਬੰਦੇ ਤੁਸੀਂ ਅਕਿਊਜ਼ ਡਿਕਲੇਅਰ ਕਰਤੇ, ਇੱਕ ਉਹਦੇ ਵਾਸਤੇ SIT ਅਲੱਗ ਹੁੰਦੀ ਹੈ, ਇਨਵੈਸਟੀਗੇਸ਼ਨ ਇਜ਼ ਅ ਡਿਫਰੈਂਟ ਥਿੰਗ। ਇਹ ਤਾਂ ਨਹੀਂ ਕਮਿਸ਼ਨ ਨੇ ਇੱਕ ਰਿਪੋਰਟ ਦਿੱਤੀ ਤੁਸੀਂ ਹਾਂਜੀ ਇਹ ਬੰਦਿਆਂ ਨੂੰ ਫੜੋ ਇਹਨਾਂ ਨੂੰ ਅੰਦਰ ਕਰੋ, ਉਹਨਾਂ ਨੂੰ ਕੋਈ ਸੁਣਵਾਈ ਦਾ ਮੌਕਾ ਨਹੀਂ। ਸਪੈਸੀਫਿਕ ਉਹਦੇ ਵਿੱਚ ਜੋ ਹੈਗਾ ਆਪਣਾ ਐਕਟ ਦੇ ਵਿੱਚ ਲਿਖਿਆ ਗਿਆ 8C ਦੇ ਵਿੱਚ ਇਹ ਕਿਹਾ ਗਿਆ ਵੀ ਉਹਨਾਂ ਨੂੰ ਕ੍ਰੋਸ ਐਗਜ਼ਾਮੀਨੇਸ਼ਨ ਕਰਨ ਦੀ ਵੀ ਉਹਨਾਂ ਕੋਲ ਜੋ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ, ਜੋ ਕਿ ਇਸ ਕਮਿਸ਼ਨ ਦੀ ਰਿਪੋਰਟ ਤੋਂ ਪਹਿਲਾਂ ਜੋ ਇਹਦੀ ਕਾਰਵਾਈ ਉਹਦੇ ਵਿੱਚ ਕਿਤੇ ਵੀ ਸਾਡੇ ਪਟੀਸ਼ਨਰਸ ਨੂੰ ਨਹੀਂ ਮਿਲਿਆ ਸੀਗਾ। ਇੱਕ ਮਿੰਟ, ਮੈਨੂੰ ਹੋਰ ਸਵਾਲ ਕਰਨਜੀ ਬਰਾੜ, ਜੇ ਇਹਨਾਂ ਦੇ ਨਾਮ ਉੱਥੇ ਨਾਮਜ਼ਦ ਕੀਤੇ ਗਏ, ਜਿਮਨੀ 'ਚ ਪਾਏ ਗਏ ਨਾ ਨਾਮ 130 ਨੰਬਰ FIR 'ਚ, ਜੋ ਉੱਥੇ ਪਾਏ ਗਏ ਆ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਸੀ ਪਹਿਲਾਂ? ਨਹੀਂ, ਇਹ ਜੋ ਨਾਮ FIR ਦੇ ਵਿੱਚ ਪਾਏ ਗਏ ਉਹ FIR ਕੋਈ ਫਰੋਮ ਦੀ ਬੇਸ ਉਸੇ ਦਿਨ ਹੀ ਕੱਟੀ ਗਈ ਜਦੋਂ ਇਹ ਕਾਂਡ ਹੋਇਆ, ਉਹ FIR ਦੀ ਤੁਸੀਂ ਡੇਟ ਚੈੱਕ ਕਰੋ, 21 ਤਰੀਕ ਨੂੰ ਕੱਟੀ ਗਈ ਬਾਜਾਖਾਨਾ ਦੇ 130 ਨੰਬਰ। ਠੀਕ ਆ, ਉਹਦੇ ਵਿੱਚ ਇਹ ਆ ਵੀ ਜਦੋਂ ਤੁਸੀਂ ਕਮਿਸ਼ਨ ਨੇ ਰਿਪੋਰਟ ਦਿੱਤੀ ਉਹਦੇ ਵਿੱਚ ਆਏ ਹੋ, ਤੁਸੀਂ ਇਨਕੁਆਇਰੀ ਕਰ ਰਹੇ ਹੋ, ਤੁਸੀਂ ਉਹਨਾਂ ਦੇ ਉੱਪਰ ਜੋ ਵੀ ਤੁਸੀਂ ਦੋਸ਼ ਜੋ ਐਲੀਗੇਸ਼ਨ ਲਾਏ ਆ ਘੱਟੋ ਘੱਟ ਉਹਨਾਂ ਨੂੰ ਪ੍ਰੂਵ ਕਰਨ ਦਾ ਮੌਕਾ ਤਾਂ ਦਿੱਤਾ ਜਾਵੇ। ਸਭ ਤੋਂ ਪਹਿਲੀ ਗੱਲ ਇਹ ਹੁੰਦੀ ਆ, ਕੋਈ ਵੀ ਇੱਕੋ ਹੀ ਮੰਨ ਲਓ ਇੱਕ ਮਰਡਰ ਕੇਸ ਹੋ ਰਿਹਾ, ਉਹਦੇ ਵਿੱਚ ਕੋਈ ਅਕਿਊਜ਼ਡ ਅੰਦਰ ਆ, ਉਹਦਾ ਵਕੀਲ ਉਹਨੂੰ ਡਿਫੈਂਡ ਕਰਦਾ, ਇਸ ਕਮਿਸ਼ਨ ਦੀ ਰਿਪੋਰਟ ਆ ਗਈ, ਪਰ ਇਸ ਕਮਿਸ਼ਨ ਦੀ ਜਦੋਂ ਕੋਈ ਇਨਕੁਆਇਰੀ ਚੱਲ ਰਹੀ ਸੀ ਉਹਦੇ ਵਿੱਚ ਸਾਡੇ ਪਟੀਸ਼ਨਰਸ ਦਾ ਕੋਈ ਵਕੀਲ ਮੌਜੂਦ ਨਹੀਂ ਸੀ, ਉਹਨਾਂ ਨੂੰ ਕੋਈ ਕ੍ਰਾਸ ਐਗਜ਼ਾਮੀਨੇਸ਼ਨ ਕਰਾਇਆ ਗਿਆ, ਕਮਿਸ਼ਨ ਕਮਜ਼ੋਰ ਹੈ। ਕਰਨਜੀ ਬਰਾੜ, ਕਮਜ਼ੋਰ ਜਾਂ ਤਾਕਤਵਰ ਦੇ ਮੈਂ ਕੋਈ ਇਸ ਦੇ ਉੱਪਰ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ, ਇਹ ਕਮਜ਼ੋਰ ਹੈ ਜਾਂ ਤਾਕਤਵਰ ਹੈ, ਗੱਲ ਇਹ ਹੈ ਵੀ ਇਹ ਲੀਗਲੀ ਫਲੋ ਸੀ ਜਾਂ ਨਹੀਂ ਹੈ, ਅਕੋਰਡਿੰਗ ਟੂ ਲਾਅ ਜੋ ਇਹਦੇ ਵਿੱਚ ਰਿਪੋਰਟ ਆਈ ਉਹ ਹੈ ਜਾਂ ਨਹੀਂ ਹੈ, ਉਹ ਬਿਲਕੁਲ ਨਹੀਂ ਹੈ। ਠੀਕ ਹੈ, ਇੱਕ ਹੋਰ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਜਿਹੜੀਆਂ FIR ਹੁੰਦੀਆਂ ਹੈਗੀਆਂ, FIR ਦੇ ਵਿੱਚ ਜਿਹੜੇ ਨਾਮ ਪਾਏ ਜਾਂਦੇ ਹੈਗੇ ਆ, ਜਿਹੜੀ ਅਣਪਛਾਤੀ ਪੁਲਿਸ ਸੀਗੀ ਉਸ ਨੂੰ ਪਛਾਣ ਲਿੱਤਾ ਜਾਂਦਾ ਹੈਗਾ, ਪਰ ਉਸ 'ਤੇ ਕਾਰਵਾਈ ਕੀ ਹੋਣੀ ਚਾਹੀਦੀ ਸੀ, ਕੀ ਕੀਤੀ ਗਈ, ਸਵਾਲ ਬਹੁਤ ਸਾਰੇ ਹੈਗੇ ਆ। ਜਦੋਂ ਕੋਟਪੁਰਾ ਗੋਲੀਕਾਂਡ ਦਾ ਜ਼ਿਕਰ ਹੁੰਦਾ, ਕੋਟਪੁਰੇ ਦੀ FIR ਦਾ ਜ਼ਿਕਰ ਹੁੰਦਾ, ਉੱਥੇ ਸਰਕਾਰ ਨੇ ਕੀ ਕੀਤਾ, ਇਹ ਸਵਾਲ ਵਾਰ ਵਾਰ ਪੁੱਛਿਆ ਜਾਵੇਗਾ, ਅਤੇ ਅੱਜ ਫਿਰ ਪੁੱਛਾਂਗੇ ਮੇਰੇ ਤੋਂ ਵਾਪਸ ਆ ਰਹੇ। ਜੱਸੀ ਰਣਜੀਤ ਸਿੰਘ, ਕਮਿਸ਼ਨ ਦੀ ਰਿਪੋਰਟ ਨੂੰ ਪੁਲਿਸ ਦੀ ਹਾਈ ਕੋਰਟ ਵਿੱਚ ਚੁਣੌਤੀ ਦੇ ਸਿਆਸੀ ਮਾਇਨੇ ਕੀ ਹੈਗੇ? ਰਿੰਪਲ ਮਿੱਡਾ, ਬਾਜਾਖਾਨਾ ਦੇ ਵਿੱਚ FIR ਹੋਈ ਹੈ, ਕੋਟਕਪੁਰਾ ਦੇ ਵਿੱਚ ਵੀ FIR ਹੋਈ ਹੈ, FIR ਨੰਬਰ 129 14 ਅਕਤੂਬਰ 2015 ਨੂੰ FIR ਹੋਈ ਸੀਗੀ।
ਨਹੀਂ 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 ਐਸੇ ਆ ਐਫ ਆਈ ਆਰ ਪਈ ਹੈ ਮੇਰੇ ਕੋਲੇ ਦੇਖੋ ਇਹ ਮੈਨੂੰ ਨਹੀਂ ਪਤਾ ਫਰਦਰ 7 ਅਗਸਤ 2018 ਇਹ ਐਫ ਆਈ ਆਰ ਚੈੱਕ ਕਰ ਲਿਓ ਵੈਬਸਾਈਟ ਤੇ ਪਈ ਹੈ ਓਕੇ ਮੈਂ ਇਹ ਗੱਲ ਕਹਿ ਰਿਹਾ ਕਿ ਇਸ ਦੇ ਵਿੱਚ ਫਰਦਰ ਅੱਗੇ ਜਿਹੜੀ ਹੈ ਇਨਕੁਆਇਰੀ ਹੋਈ ਹੈ ਕੋਈ ਨਾਮ ਜਿਹੜੇ ਹੈ ਇਨਵੋਲਵ ਕਦੋਂ ਕੀਤੇ ਗਏ ਹੈ ਮੈਨੂੰ ਨਹੀਂ ਪਤਾ ਪਰ ਮੈਂ ਇਹ ਗੱਲ ਦੱਸ ਕਿਹਨੂੰ ਪਤਾ ਫਿਰ ਤੁਸੀਂ ਸਰਕਾਰ ਆਪਾਂ ਜਿਹੜੀ ਗੱਲ ਜਿਹੜੀ ਮੈਡਾ ਮੈਂ ਫੈਕਟਸ ਤੇ ਗੱਲ ਕਰਦਾ ਮੈਂ ਮੰਨਦਾ ਮੈਂ ਐਗਰੀ ਕਰਦਾ ਕਿਉਂਕਿ ਇਹ ਸਵਾਲ ਮਿਸਟਰ ਫੂਲਕਾ ਨੇ ਵੀ ਚੁੱਕੇ ਆ ਦੇਖੋ ਸਾਰੇ ਜਿਹੜੇ ਅਣਪਛਾਤੇ ਆ ਉਹਨਾਂ ਦੀ ਪਛਾਣ ਕੀਤੀ ਗਈ ਹੈ ਔਰ ਜਿਹੜੇ ਅਦਾਲਤਾਂ 'ਚ ਭੱਜੇ ਫਿਰਦੇ ਐਵੇਂ ਨਹੀਂ ਭੱਜੇ ਫਿਰਦੇ ਜੇਕਰ ਉਹਨਾਂ ਦੇ ਨਾਂ ਸ਼ਾਮਿਲ ਕੀਤੇ ਗਏ ਤਾਂ ਹੀ ਉਹ ਅਦਾਲਤਾਂ ਦੇ ਵੱਲ ਭੱਜੇ ਆ ਐਵੇਂ ਨਹੀਂ ਭੱਜੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿੱਥੇ ਇਹ ਇਹਨਾਂ ਨੇ ਜਿਹੜਾ ਪੂਰੇ ਦੇ ਪੂਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਉੱਤੇ ਇਹ ਗੱਲ ਕਹਿ ਦਿੱਤੀ ਕਿ ਉਹ ਸੀਜ਼ ਹੋਣਾ ਚਾਹੀਦਾ ਸੀ ਨਾ ਹੀ ਇਹਨਾਂ ਨੇ ਪੜ੍ਹਿਆ ਕਿ ਅਸੀਂ ਸਾਡੇ ਏ ਜੀ ਨੇ ਕਿਸ ਤਰੀਕੇ ਨਾਲ ਜਿਹੜੀ ਆਪਦੇ ਕਾਨੂੰਨੀ ਰਾਏ ਦੇ ਕੇ ਜਿਹੜਾ ਕਮਿਸ਼ਨ ਹੈ ਉਸਨੂੰ ਕੰਟੀਨਿਊ ਕੀਤਾ ਗਿਆ ਔਰ ਉਹ ਕੀ ਲਈ ਹੈ ਉਹ ਅਜੇ ਅਸੀਂ ਆਪਦਾ ਪੱਖ ਰੱਖਣਾ ਉਹ ਅਸੀਂ ਹਜੇ ਆਪਦਾ ਰਿਪਲਾਈ ਦੇਣਾ ਔਰ ਉਸ ਤੋਂ ਪਹਿਲਾਂ ਆਪਾਂ ਸਾਰੇ ਦੇ ਸਾਰੇ ਜਿਹੜੇ ਪ੍ਰੋਸੈਸ ਨੂੰ ਇਲੀਗਲ ਨਹੀਂ ਕਹਿ ਸਕਦੇ ਕਿਉਂਕਿ ਦੋਨੋਂ ਧਿਰਾਂ ਜਿਹੜੀਆਂ ਉਹ ਜਿੰਨੀ ਦੇਰ ਆਪਦਾ ਉਹਦਾ ਪੱਖ ਨਾ ਰੱਖ ਲੈਣ ਓਨੀ ਦੇਰ ਜਿਹੜੀ ਗੱਲ ਕੰਕਲੂਡ ਹੋ ਕੇ ਸਾਹਮਣੇ ਨਹੀਂ ਆਉਂਦੀ ਔਰ ਇਸ ਲਈ ਅਗਲੀ ਜਿਹੜੀ ਵੀ ਤਰੀਕ ਮੁਕਰਰ ਹੋਈ ਹੈ ਉਸ ਤਰੀਕ ਦੇ ਉੱਤੇ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਜਿਹੜਾ ਉਹ ਕਲੈਰਿਟੀ ਆ ਜਾਏਗੀ ਔਰ ਜਿਹੜੀ ਆ ਉਸ ਦੇ ਉੱਤੇ ਚਾਨਣਾ ਜ਼ਰੂਰ ਪਏਗਾ ਔਰ ਇਹ ਜਿਹੜੀ ਆ ਆਪਾਂ ਭੰਬਲ ਭੁੱਸਾ ਇਸ ਗੱਲ ਨਾਲ ਨਾ ਪਾਈਏ ਕਿ ਲੋਕਾਂ ਨੂੰ ਇਹ ਲੱਗੇ ਕਿ ਕਿਧਰੇ ਅੱਜ ਅੱਜ ਦੱਸ ਰਹੇ ਆ ਭੰਬਲ ਭੁੱਸਾ ਤੁਸੀਂ ਪਾ ਰਹੇ ਪਰ ਬੇਟਾ ਇਹ ਜਿਹੜਾ ਦੋਸ਼ੀ ਆ ਕਿਧਰੇ ਬਚ ਹੀ ਗਏ ਅੱਜ ਦੱਸ ਦੋ ਆ ਕੋਰਟ ਪੁਰਾਣੀ ਐਫ ਆਈ ਆਰ ਦੋਸ਼ੀ ਬਚ ਹੀ ਗਏ ਨੇ ਅਜੇ ਕੋਈ ਗੱਲ ਨਹੀਂ ਹੈ ਕਰਨ ਜੀ ਬਰਾੜ ਹਾਂਜੀ ਮਾਨਸਾ ਦੇ ਸਾਬਕਾ ਐਸਐਸਪੀ ਰਘਬੀਰ ਸਿੰਘ ਕੋਈ ਤੁਹਾਡੇ ਕਲਾਇੰਟ ਹੈ ਬਿਲਕੁਲ ਜੀ ਰਘਬੀਰ ਸਿੰਘ ਖਰਾ ਦਾ ਨਾਮ ਕਿੱਥੇ ਬੋਲਦਾ ਪਿਆ ਕਿਹੜੇ ਕੇਸ 'ਚ ਬੋਲਦਾ ਪਿਆ ਨਹੀਂ ਦੇਖੋ ਕੇਸ ਦੇ ਵਿੱਚ ਨਾਮ ਤਾਂ ਜੋ ਇਹਨਾਂ ਦੀ ਕਮਿਸ਼ਨ ਦੇ ਵਿੱਚ ਜੋ ਕਮਿਸ਼ਨ ਦੇ ਵਿੱਚ ਇਨਕੁਆਇਰੀ ਹੋਈ ਉਹਦੇ ਵਿੱਚ ਸਪੈਸੀਫਿਕ ਇਹ ਗੱਲ ਆ ਗਿਆ ਵੀ ਇਹ ਬੰਦੇ ਅਕਿਊਜ਼ਡ ਆ ਜਿਵੇਂ ਕਿ ਹੁਣ ਰਿੰਪਲ ਮਿੱਡਾ ਜੀ ਕਹਿ ਰਹੇ ਸੀਗੇ ਵੀ ਅਕਿਊਜ਼ ਨੂੰ ਬਚਾਉਣਾ ਜਾਵੇ ਪਹਿਲੀ ਗੱਲ ਤਾਂ ਇਹ ਰਘਵੀਰ ਸਿੰਘ ਹਰਾ ਦਾ ਨਾਮ ਕੋਟਪੁਰਾ ਗੋਲੀਕਾਂਡ 'ਚ ਬੋਲਦਾ ਪਿਆ ਨਾਮ ਜੋ ਬੋਲਦਾ ਉਹਨਾਂ ਦਾ ਜੋ ਗੋਲੀਕਾਂਡ ਆ ਉਹ ਬਹਿਬਲ ਕਲਾਂ ਹੋਇਆ ਉੱਥੇ ਗੱਲ ਆ ਰਹੀ ਹੈ ਇਹਨਾਂ ਦੀ ਬਹਿਬਲ ਕਲਾਂ ਦੇ ਕਿਹਦਾ ਨਾਮ ਬੋਲਦਾ ਪਿਆ ਚਰਨਜੀਤ ਬਿਕਰਮ ਅਮਰਜੀਤ ਕੁਲਾਰ ਇੰਸਪੈਕਟਰ ਪ੍ਰਦੀਪ ਉਮਰਾਨੰਗਲ ਚਰਨਜੀਤ ਰਘਵੀਰ ਸੁਮਿੰਦਰ ਮਾਨ ਅਮਰ ਸਿੰਘ ਚਾਲ ਇਹਨਾਂ ਕਿੱਥੇ ਕਿੱਥੇ ਨਾਮ ਬੋਲਦੇ ਪਏ ਨਹੀਂ ਨਾਮ ਤਾਂ ਇਕੱਲੇ ਮੈਂ ਇਹ ਨਹੀਂ ਕਹੂੰਗਾ ਵੀ ਸਾਡੇ ਪਟੀਸ਼ਨਰਸ ਇਹਨਾਂ ਤਿੰਨਾਂ ਦੀ ਬੋਲਦੇ ਪਏ ਹੋਰ ਵੀ ਪੁਲਿਸ ਅਫੀਸ਼ੀਅਲਸ ਦੇ ਨਾਮ ਇਹਦੇ ਵਿੱਚ ਬੋਲਦੇ ਪਏ ਆ ਪਰ ਉਹ ਨਾਮ ਕਿੱਥੋਂ ਤੱਕ ਸਹੀ ਆ ਜਾਂ ਗਲਤ ਆ ਜਿਹੜੇ ਤੁਹਾਡੇ ਤਿੰਨੇ ਪਟੀਸ਼ਨਰ ਹੈਗੇ ਆ ਇਹ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ 'ਚ ਆ ਜਾਂ ਕੋਟਪੁਰਾ ਗੋਲੀਕਾਂਡ ਵੀ ਦੋਨਾਂ ਜ਼ਿਕਰ ਆ ਬਹਿਬਲ ਕਲਾਂ ਕਾਂਡ ਦੇ ਵਿੱਚ ਇਹਨਾਂ ਦਾ ਜ਼ਿਕਰ ਹੈ ਜੋ ਮਾਮਲੇ ਦੇ ਜ਼ਿਕਰ ਹੋਇਆ ਹੈ ਆਪਾਂ ਇਹਨਾਂ ਨੂੰ ਹੁਣ ਇਹ ਨਹੀਂ ਕਹਿ ਸਕਦੇ ਵੀ ਅਕਿਊਜ਼ਡ ਪਰਸਨ ਆ ਇਹਨਾਂ ਨੇ ਗੋਲੀਆਂ ਚਲਾਤੀਆਂ ਇਹੋ ਜਿਹਾ ਅਸੀਂ ਕੁਛ ਨਹੀਂ ਕਹਿ ਸਕਦੇ ਰੀਜ਼ਨ ਬੀਂਗ ਕੀ ਆ ਸਭ ਤੋਂ ਪਹਿਲੀ ਗੱਲ ਤਾਂ ਇਹਦੇ ਵਿੱਚ ਪ੍ਰੋਪਰ ਹਜੇ ਤੱਕ ਇਨਕੁਆਇਰੀ ਨਹੀਂ ਹੋਈ ਇਨਵੈਸਟੀਗੇਸ਼ਨ ਨਹੀਂ ਹੋਈ ਇਨਵੈਸਟੀਗੇਸ਼ਨ ਤੋਂ ਬਾਅਦ ਉਹਦੀ ਕੰਕਲੂਸਿਵ ਰਿਪੋਰਟ ਆਊਗੀ ਜਿੱਥੋਂ ਸਾਨੂੰ ਸਾਬਤ ਹੋਊਗਾ ਵੀ ਇਹ ਕੀ ਹੈ ਹੁਣ ਆਪਾਂ ਕਿਸ ਬੇਸ ਤੇ ਕਹਿ ਸਕਦੇ ਵੀ ਅਕਿਊਜ਼ਡ ਪਰਸਨ ਆ ਇਹ ਥੋੜਾ ਹੀ ਮਤਲਬ ਹੈ ਕਿਸੇ ਤੇ ਸ਼ੱਕ ਹੋਇਆ ਇਹਨਾਂ ਫੜ ਕੇ ਅੰਦਰ ਕਰ ਦੇ ਫਿਰ ਜਿਹੜੇ ਇਹ ਸਿਆਸੀ ਧਿਰਾਂ ਇਹਨਾਂ ਨੂੰ ਕਹਿ ਰਹੀਆਂ ਹੈਗੀਆਂ ਪੁਲਿਸ ਵਾਲੇ ਮੁਲਜ਼ਮ ਹੈ ਕਿ ਇਹਨਾਂ ਨੂੰ ਕੀ ਸੰਬੋਧਨ ਕੀਤਾ ਜਾਵੇ ਸਿਆਸੀ ਧਿਰਾਂ ਤਾਂ ਬਹੁਤ ਕੁਝ ਕਹਿੰਦੀਆਂ ਜੀ ਇੱਕ ਧਿਰ ਨੇ ਦੂਜੀ ਧਿਰ ਦੇ ਐਲੀਗੇਸ਼ਨ ਲਾਈ ਨੇ ਇਹਨਾਂ ਨੇ ਨਹੀਂ ਇਨਕੁਆਇਰੀ ਕੀਤੀ ਉਹ ਕਹਿੰਦੇ ਇਹਨਾਂ ਨੇ ਨਹੀਂ ਇਨਕੁਆਇਰੀ ਕੀਤੀ ਗੱਲ ਇਹ ਆ ਵੀ ਸੱਚਾਈ ਕੀ ਆ ਜਿਵੇਂ ਕਿ ਗੱਲ ਕਹਿ ਰਹੇ ਸੀਗੇ ਵੀ ਹੁਣ ਪਹਿਲਾਂ ਵਾਲਾ ਕਮਿਸ਼ਨ ਸੀਜ਼ ਹੋਣਾ ਚਾਹੀਦਾ ਇਹ ਮਿੱਡਾ ਸਾਹਿਬ ਕਹਿੰਦੇ ਨਹੀਂ ਉਹਦੇ ਵਿੱਚ ਸਾਡੇ ਵੀ ਕੁਛ ਲੀਗਲ ਫਲੋਜ਼ ਆ ਕੁਛ ਦੇਖਿਆ ਗਿਆ ਕਿ ਸੈਕਸ਼ਨ 7 ਸਪੈਸੀਫਿਕ ਇਹ ਗੱਲ ਕਹਿੰਦਾ ਵੀ ਨਵਾਂ ਕਮਿਸ਼ਨ ਫਾਰਮੇਸ਼ਨ ਤੋਂ ਪਹਿਲਾਂ ਵਾਲਾ ਕਮਿਸ਼ਨ ਸੀਜ਼ ਹੋਣਾ ਚਾਹੀਦਾ ਐਕਟ ਸਪੈਸੀਫਾਈਡ ਹੈ ਇਹਦੇ ਵਾਸਤੇ ਹੋਰ ਇਹਦੇ ਵਿੱਚ ਆਪਾਂ ਕੀ ਲੀਗਲ ਫਲੋਜ਼ ਲਿਆ ਸਕਦੇ ਆ ਹੋਰ ਕੀ ਕਾਨੂੰਨੀ ਲਾਏ ਹੋ ਸਕਦੇ ਜਿਸ ਤਾਂ ਤੇ ਤੁਸੀਂ ਬਤੌਰ ਵਕੀਲ ਤੁਹਾਨੂੰ ਇਹ ਲੱਗਦਾ ਕਿ ਇਹ ਗਲਤੀ ਹੋ ਗਈ ਸਰਕਾਰ ਤੋਂ ਜਾਂ ਜਾਣਬੁੱਝ ਕੇ ਕੀਤੀ ਵੀ ਲੱਗਦੀ ਹੈ ਨਹੀਂ ਜਾਣਬੁੱਝ ਮੈਂ ਇਸ ਤੇ ਕੋਈ ਕਮੈਂਟ ਨਹੀਂ ਕਰ ਰਿਹਾ ਜਾਣਬੁੱਝ ਕੇ ਕੀਤੀ ਹੈ ਜਾਂ ਗਲਤੀ ਹੋ ਗਈ ਪਰ ਗਲਤੀ ਹੈ ਹਾਂ ਅਮ੍ਰਿਤਧਾਰ ਨੇ ਕੀ ਕਹਿਣਾ ਚਾਹ ਰਹੇ ਹੋ ਤੁਸੀਂ ਦੇਖੋ ਵਕੀਲ ਸਾਹਿਬ ਜਿਹੜੀ ਗੱਲ ਕਹਿ ਰਹੇ ਹੈ ਨਾ ਮੈਂ ਬਤੌਰ ਵਕੀਲ ਗੱਲ ਕਰ ਰਹੇ ਹਾਂ ਦੇਖੋ ਲਾ ਇੱਕ ਐਸੀ ਚੀਜ਼ ਹੈਗੀ ਹੈ ਜਿਹਨੂੰ ਆਪਣੇ ਮੁਤਾਬਕ ਤੋੜਿਆ ਮਰੋੜਿਆ ਨਹੀਂ ਜਾ ਸਕਦਾ ਦੇਖੋ ਸੈਕਸ਼ਨ 7 ਸੈਕਸ਼ਨ 8 ਦੋਵੇਂ ਜਿਹੜੀਆਂ ਕਮਿਸ਼ਨ ਆਫ ਇਨਕੁਆਇਰੀਜ਼ ਐਕਟ ਦੀਆਂ ਹੈਗੀਆਂ ਇਹ ਦੋਵੇਂ ਜਿਹੜੀਆਂ ਹੈਗੀਆਂ ਸਾਡੀ ਪਾਰਲੀਮੈਂਟ ਨੇ ਪਾਸ ਕਰਕੇ 1952 ਦੇ ਐਕਟ ਦੇ ਵਿੱਚ ਪਾਈਆਂ ਵੀ ਹੈਗੀਆਂ ਕੋਈ ਵੀ ਅਦਾਲਤ ਇਹਨਾਂ ਨੂੰ ਇਗਨੋਰ ਕਰਕੇ ਨਹੀਂ ਚੱਲ ਸਕਦੀ ਜਦੋਂ ਤੱਕ ਅਮੈਂਡਮੈਂਟ ਨਹੀਂ ਹੁੰਦੀ ਇਹਦੇ ਵਿੱਚ ਸੋ ਇਸ ਕਰਕੇ ਜਦੋਂ ਇਹ ਮਿੱਡਾ ਸਾਹਿਬ ਬੈਠੇ ਆ ਜਦੋਂ ਇਹਨਾਂ ਦੀ ਕਾਂਗਰਸ ਨੇ ਇਹ ਸਾਰਾ ਕੁਝ ਕਰਿਆ ਸੀ ਇਹਨਾਂ ਨੂੰ ਲੱਗਦਾ ਸੀ ਕਿ ਪਹਿਲਾਂ ਬਿਲਕੁਲ ਗਲਤ ਹੋਇਆ ਜੋਰਾ ਸਿੰਘ ਕਮਿਸ਼ਨ ਗਲਤ ਹੋਇਆ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਗਲਤ ਹੋਈ ਆ ਸਾਰਾ ਕੁਝ ਗਲਤ ਹੋਇਆ ਤਾਂ ਇਹਨਾਂ ਨੂੰ ਘੱਟੋ ਘੱਟ ਅੱਖਾਂ ਕੰਨ ਸਾਰਾ ਕੁਝ ਖੋਲ ਕੇ ਅਗਲਾ ਕਮਿਸ਼ਨ ਬਣਾਉਣਾ ਚਾਹੀਦਾ ਸੀ ਦੇਖੋ ਅਗਲਾ ਜਿਹੜਾ ਕਮਿਸ਼ਨ ਇੱਕ ਮਿੰਟ ਚਲੋ ਹੁਣ ਅਕਾਲੀ ਦਲ ਵੱਲੋਂ ਬਿਆਨ ਦੇ ਦਿਓ ਹਾਂ ਤੁਹਾਨੂੰ ਇਉਂ ਲੱਗਦਾ ਵੀ ਸਰਕਾਰ ਨੇ ਜਾਣਬੁੱਝ ਕੇ ਗਲਤੀ ਕੀਤੀ ਨਹੀਂ ਜਾਣਬੁੱਝ ਕੇ ਨਹੀਂ ਮੈਂ ਸਵਾਲ ਗਲਤ ਕਰ ਲਿਆ ਨਾ ਸਵਾਲ ਗਲਤ ਕਰ ਲਿਆ
ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਅਕਾਲੀ ਦਲ ਦੇ ਉੱਤੇ ਚਿੱਕੜ ਸਿੱਟਣ ਵਾਸਤੇ ਅਕਾਲੀ ਦਲ ਇਹਦੇ ਨਾਲ ਕਲੀਨ ਚਿੱਟ ਹੋ ਗਈ ਅਕਾਲੀ ਦਲ ਨੂੰ ਇਹ ਅਕਾਲੀ ਦਲ ਨੂੰ ਕਲੀਨ ਚਿੱਟ ਹੋ ਗਈ ਮੈਂ ਦੱਸਦਾ ਅਜੇ ਕੋਰਟ ਵਿੱਚ ਹੈ ਕੇਸ ਅਕਾਲੀ ਦਲ ਨੂੰ ਕਲੀਨ ਚਿੱਟ ਹੋ ਗਈ ਗੱਲ ਸੁਣੋ ਅਮਰਜੀਤ ਸਿੰਘ ਧਾਰੀ ਤੁਸੀਂ ਵਕੀਲ ਹੋ ਨਾਲ ਤੁਸੀਂ ਦੋ ਪੱਖਾਂ ਤੋਂ ਬੋਲ ਰਹੇ ਹੋ ਹੁਣ ਤੁਹਾਨੂੰ ਕਲੀਨ ਚਿੱਟ ਮਿਲ ਗਈ ਮੈਂ ਇੱਕ ਮਿੰਟ ਮੇਰੀ ਕਹਿਰੋ ਤੁਸੀਂ ਆਪਦੇ ਆਪ ਨੂੰ ਕਲੀਨ ਚਿੱਟ ਕਿਉਂ ਲੈ ਚਲੋ ਇੱਕ ਮਿੰਟ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਜਿਹਨੂੰ ਅਸੀਂ ਸ਼ੁਰੂ ਤੋਂ ਨਕਾਰਦੇ ਆ ਰਹੇ ਹਾਂ ਕੀ ਜਸਟਿਸ ਰਣਜੀਤ ਸਿੰਘ ਨੂੰ ਹੀ ਵਕੀਲ ਸਾਹਿਬ ਬੈਠੇ ਹਨ ਪੁੱਛੋ ਵੀ ਜੇ ਇੱਕ ਜੱਜ ਦੇ ਉੱਤੇ ਕੁਐਸਚਨ ਹੋ ਜਾਵੇ ਜਾਂ ਅਸੀਂ ਕੇਸ ਟ੍ਰਾਂਸਫਰ ਵਾਸਤੇ ਪਾ ਦਈਏ ਤਾਂ ਉਹ ਆਪਣੇ ਆਪ ਹੀ ਛੱਡ ਜਾਂਦਾ ਕਿ ਨਹੀਂ ਛੱਡ ਜਾਂਦਾ ਜਦੋਂ ਅਸੀਂ ਇਹ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਜਸਟਿਸ ਰਣਜੀਤ ਸਿੰਘ ਜਿਹੜਾ ਹੈਗਾ ਬਾਇਸ ਹੋ ਕੇ ਅਕਾਲੀ ਦਲ ਦੇ ਖਿਲਾਫ ਚੱਲਣਗੇ ਤਾਂ ਮੇਰਾ ਖਿਆਲ ਆ ਵੀ ਜਸਟਿਸ ਰਣਜੀਤ ਸਿੰਘ ਉਹਨਾਂ ਨੂੰ ਪਹਿਲਾਂ ਹੀ ਛੱਡ ਜਾਣਾ ਚਾਹੀਦਾ ਸੀ ਇਸ ਪਾਸੇ ਨਹੀਂ ਸੀ ਆਉਣਾ ਚਾਹੀਦਾ ਪਹਿਲੀ ਗੱਲ ਉਹਨਾਂ ਨੇ ਫਟਾਫਟ ਦੇ ਵਿੱਚ ਕਮਿਸ਼ਨ ਬਣਾਇਆ ਉਹਨਾਂ ਨੇ ਫਟਾਫਟ ਅਹੁਦਾ ਸੰਭਾਲਿਆ ਉਹਨਾਂ ਨੇ ਫਟਾਫਟ ਜਿਹੜਾ ਹੈਗਾ ਇੱਕ ਰਿਪੋਰਟ ਇਸ ਤਰ੍ਹਾਂ ਦੀ ਤਿਆਰ ਕੀਤੀ ਔਰ ਰਿਪੋਰਟ ਦੇ ਵਿੱਚ ਹੈ ਕੁਛ ਨਹੀਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਇਹਨਾਂ ਨੇ ਕਾਨੂੰਨੀ ਪੱਖ ਤੋਂ ਇੱਕ ਵਕੀਲ ਹੋਣ ਦੇ ਨਾਤੇ ਆਪਦੀਆਂ ਗੱਲਾਂ ਆਹ ਹੋਣਾ ਚਾਹੀਦਾ ਆਹ ਨਹੀਂ ਹੋਣਾ ਚਾਹੀਦਾ ਹੁਣ ਮੈਂ ਇਹਨਾਂ ਨੂੰ ਇਹ ਦੂਜੇ ਪਾਸਿਓਂ ਜੇ ਵਕੀਲ ਵੀ ਨੇ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਜੇਕਰ ਉੱਥੇ ਗੋਲੀ ਚੱਲੀ ਹੋਵੇ ਔਰ ਜੇ ਗੋਲੀ ਚੱਲੀ ਹੈ ਔਰ ਉਸਦੇ ਜਿਹੜੇ ਹੁਕਮ ਨੇ ਉਸਦੇ ਲਈ ਜ਼ਿੰਮੇਵਾਰ ਕਿਹਨੂੰ ਉਠਾਇਆ ਜਾ ਸਕਦਾ ਕਿ ਉਸ ਵੇਲੇ ਦੇ ਜਿਹੜੇ ਮੌਜੂਦਾ ਐਸਐਸਪੀ ਮੌਜੂਦਾ ਡੀਜੀਪੀ ਮੌਜੂਦਾ ਹੋਮ ਮਿਨਿਸਟਰ ਨੂੰ ਉਸ ਨੂੰ ਕਾਨੂੰਨੀ ਤੌਰ ਦੇ ਉੱਤੇ ਤੁਸੀਂ ਦੱਸੋ ਉਹਨਾਂ ਨੂੰ ਬਚਾਇਆ ਜਾ ਸਕਦਾ ਰਿੰਪਲ ਮਿੱਡਾ ਇਹ ਸਵਾਲ ਆਪਣੀ ਸਰਕਾਰ ਨੂੰ ਕਰੋ ਤੁਸੀਂ ਨਹੀਂ ਨਹੀਂ ਸਰਕਾਰ ਨੂੰ ਅਸੀਂ ਤਾਂ ਕਲੀਅਰ ਹਾਂ ਅਸੀਂ ਬਿਲਕੁਲ ਕਿੰਨੇ ਗੋਲੀ ਗੋਲੀ ਦੇ ਹੁਕਮ ਨੇ ਚਲਾਇਆ ਮੈਂ ਗੱਲ ਕਹਿ ਬਿਲਕੁਲ ਇਹਨਾਂ ਦੀ ਸਰਕਾਰ ਵੱਲੋਂ ਇਹਨਾਂ ਦੇ ਡੀਜੀਪੀ ਵੱਲੋਂ ਸਾਰੀਆਂ ਤੁਸੀਂ ਕੀ ਕੀਤਾ ਅਸੀਂ ਬਿਲਕੁਲ ਜਿਹੜੀਆਂ ਸਾਰੇ ਤੱਥ ਸਾਹਮਣੇ ਲਿਆਉਂਦੇ ਆ ਪੂਰਾ ਵਿਧਾਨ ਸਭਾ ਦੇ ਵਿੱਚ ਲੋਕਾਂ ਸਾਹਮਣੇ ਇੱਕ ਇੱਕ ਗੱਲ ਕੱਲੀ ਕੱਲੀ ਗੱਲ ਅਸੀਂ ਜੇ ਬਿਲਕੁਲ ਸਾਹਮਣੇ ਲੈ ਕੇ ਆਏ ਆ ਐਸਆਈਟੀ ਟਾਈਮ ਬਾਉਂਡ ਦੇਖੋ ਐਸਆਈਟੀ ਟਾਈਮ ਬਾਉਂਡ ਦੇਖੋ ਐਸਆਈਟੀ ਬਿਲਕੁਲ ਟਾਈਮ ਬਾਉਂਡ ਕੀਤੀ ਹੈ ਐਸਆਈਟੀ ਦੀ ਜਿਹੜੀ ਹੈ ਕੀ ਟਾਈਮ ਕਿੰਨਾ ਟਾਈਮ ਰੱਖਿਆ ਇੱਕ ਮਿੰਟ ਟਾਈਮ ਰੱਖਿਆ ਮੈਂ ਕਿੰਨਾ ਟਾਈਮ ਬਾਉਂਡ ਆ ਦੇਖੋ 2019 ਦੀਆਂ ਚੋਣਾਂ ਤੱਕ ਨਹੀਂ ਉਹ 2019 ਦੀਆਂ ਚੋਣਾਂ ਤੋਂ ਬਾਅਦ 2022 ਤੱਕ ਹਜੇ ਚਿੱਠੀ ਕੱਲ ਜਾਰੀ ਹੋਈ ਹੈ ਔਰ ਜਿਹੜੇ ਆ 5 ਮੈਂਬਰ ਉਹਨਾਂ ਦੀ ਨਾਮ ਡਿਸਾਈਡ ਹੋਇਆ ਔਰ ਜਿਹੜੇ ਆ ਉਸ ਦੇ ਉੱਤੇ ਟਾਈਮ ਬਾਉਂਡ ਇਨਕੁਆਇਰੀ ਨਹੀਂ ਹੋਈ ਰਿੰਪਲ ਮਿੱਡਾ ਤੁਸੀਂ ਗੁੰਮਰਾਹ ਨਾ ਕਰੋ ਸਾਡੇ ਦਸਤਾਂ ਨੂੰ ਆਰਡਰ ਨਹੀਂ ਪੜੇ ਗਏ ਨਾ ਤੁਸੀਂ ਪੜਿਆ ਨਾ ਮੈਂ ਪੜਿਆ ਔਰ ਉਸ ਦੇ ਵਿੱਚ ਜਿਹੜਾ ਤੁਸੀਂ ਪੜ ਲਿਓ ਤੁਹਾਨੂੰ ਕਹਿ ਰਿਹਾ ਮੈਂ ਪੜ ਲਿਓ ਟਾਈਮ ਬਾਉਂਡ ਹੀ ਅਸੀਂ ਇਹ ਜਿਹੜੇ ਕੈਬਨਿਟ ਮੰਤਰੀ ਆਪ ਸਵਾਲ ਕਰਦੇ ਪਏ ਹੈਗੇ ਸਰਕਾਰ ਨੂੰ ਉਹਨਾਂ ਨੂੰ ਪੁੱਛੋ ਜਾ ਕੇ ਸਤਵੀਰ ਵਾਲੀਆ ਐਚਐਸ ਫੁਲਕਾ ਨੇ ਗੱਲ ਕਹੀ ਸੀ ਮੈਂ ਅਸਤੀਫਾ ਦੇ ਦੂੰਗਾ ਹੁਣ ਐਚਐਸ ਫੁਲਕਾ ਨੇ ਯੂ ਟਰਨ ਲੈ ਲਿਆ ਦੇਖੋ ਲੇਟੈਸਟ ਸਟੇਟਮੈਂਟ ਤਾਂ ਮੈਂ ਸੁਣੀ ਨਹੀਂ ਹੈਗੀ ਨਾ ਤੁਸੀਂ ਕੋਈ ਹਲੇ ਚਲਾਈ ਵੀ ਤਾਂ ਕਿ ਪਤਾ ਲੱਗੇ ਵੀ ਕੀ ਫਰਦਰ ਉਹ ਹੈਗੀ ਹੈ ਤੇ ਉਹ ਕਹਿੰਦੇ ਕੋਰਟ ਵਿੱਚ ਕੇਸ ਹੈ ਇਸ ਲਈ ਹੁਣ ਮੈਂ 20 ਤਰੀਕ ਨੂੰ ਸੁਣਵਾਈ ਤੋਂ ਬਾਅਦ ਹੀ ਅਗਲੀ ਰਣਨੀਤੀ ਦੇ ਫੈਸਲਾ ਨਹੀਂ ਉਹ ਤਾਂ ਜਦੋਂ ਉਹਨੇ ਸਟੇਟਮੈਂਟ ਆਏਗੀ ਉਹ ਦੇਖ ਕੇ ਉਹਦਾ ਅਸਲੀ ਜਵਾਬ ਦੇ ਸਕਦਾ ਐਗਜੈਕਟ ਪੋਜੀਸ਼ਨ ਮੈਂ ਤਾਂ ਹੀ ਦੱਸ ਸਕਦਾ ਪਰ ਨਾਲ ਮੈਂ ਉਹਨਾਂ ਨੇ ਕੀ ਮੰਗ ਕੀ ਕੀਤੀ ਪਰ ਦੇਖੋ ਇਹ ਤਾਂ ਤੁਹਾਨੂੰ ਯਾਦ ਹੋਊਗੀ ਉਹਨਾਂ ਦੀ ਡਿਮਾਂਡ ਇਹ ਸੀਗੀ ਕਿ ਇਮੀਡੀਏਟ ਪਰਚਾ ਦਰਜ ਕਰਾਇਆ ਜਾਵੇ ਪਰਚਾ ਦਰਜ ਕੀਤਾ ਜਾਵੇ ਜਿਹੜੇ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਵਿਕਰਮ ਮਜੀਠੀਆ ਤੇ ਹੋਰ ਦੋਸ਼ੀਆਂ ਦੇ ਪਰਚਾ ਦਰਜ ਕਰਕੇ ਉਹਨਾਂ ਨੂੰ ਅੰਦਰ ਦਿੱਤਾ ਜਾਵੇ ਕਿਤੇ ਤੋਂ ਆ ਗਿਆ ਜੀ ਤੇ ਉਹਨਾਂ ਨੂੰ ਅੰਦਰ ਦਿੱਤਾ ਜਾਵੇ ਉਹਨਾਂ ਨੇ ਇਹ ਗੱਲ ਕੀਤੀ ਸੀਗੀ ਤੇ ਇਹੀ ਮੰਗ ਸੀ ਫੁਲਕਾ ਸਾਹਿਬ ਦੀ ਇਹ ਚੰਗੀ ਤਰ੍ਹਾਂ ਯਾਦ ਹੈ ਕਿ ਨਹੀਂ ਮੇਰੇ ਹਿਸਾਬ ਨਾਲ ਤੇ ਇਹੀ ਮੰਗ ਸੀ ਸਾਰੀ ਜੋ ਕੰਪਲੀਟ ਮੰਗ ਸੀਗੀ ਤੇ ਦੂਜੀ ਗੱਲ ਮੈਂ ਹੁਣ ਧਾਰਨੀ ਸਾਹਿਬ ਦੀ ਗੱਲ ਦਾ ਇੱਕ ਜਵਾਬ ਦੇ ਦਿੰਦਾ ਉਹਨਾਂ ਦੇ ਖਿਲਾਫ ਤਾਂ ਹੁਣ ਵੀ ਨਹੀਂ ਕੁਝ ਹੋ ਰਿਹਾ ਕੋਰਟ ਦੇ ਵਿੱਚ ਕਿਹੜਾ ਕਿਹੜਾ ਹਵਾਲਾ ਦੇ ਰਹੇ ਹੋ ਫਿਰ ਤੁਸੀਂ ਨਹੀਂ ਮੈਂ ਉਹੀ ਕਹਿ ਰਿਹਾ ਨਾ ਦੇਖੋ ਉਹ ਤਾਂ ਹੁਣ ਐਸਆਈਟੀ ਇਹਨਾਂ ਨੇ ਬਣਾਤੀ ਬਣਾਉਣ ਤੋਂ ਬਾਅਦ ਉਹੀ ਜੋ ਤੁਸੀਂ ਸਵਾਲ ਪੁੱਛ ਰਹੇ ਹੋ ਉਹ ਇਹ ਬਾਰ-ਬਾਰ ਕਹਿ ਰਹੇ ਵੀ ਟਾਈਮ ਬਾਉਂਡ ਤਾਂ ਕਰੋ ਉਹਨੂੰ ਵੀ ਟਾਈਮ ਬਾਉਂਡ ਕਰਕੇ ਉਹਨੂੰ ਕਰਕੇ ਪਤਾ ਲੱਗੇ 6 ਮਹੀਨੇ ਸਾਲ 2 ਸਾਲ 1 ਮਹੀਨਾ 3 ਮਹੀਨੇ ਕਿੰਨੀ ਦੇਰ 'ਚ ਇਨਕੁਆਇਰੀ ਕੰਪਲੀਟ ਹੋਏਗੀ ਤੁਹਾਡੇ ਸਾਹਮਣੇ ਦੇਖੋ ਸੇਫ ਪੈਸੇ ਹੋਣੇ ਸ਼ੁਰੂ ਹੋ ਗਏ ਇਸ ਪੂਰੇ ਮਾਮਲੇ ਦੀ ਸਿਆਸਤ ਹੀ ਹੋ ਰਹੀ ਨਾ ਫੁਲਕਾ ਸਾਹਿਬ ਨੇ ਸਿਆਸਤ ਨਹੀਂ ਕੀਤੀ ਨਾ ਨਾ ਫੁਲਕਾ ਸਾਹਿਬ ਨੇ ਕੋਈ ਸਿਆਸਤ ਨਹੀਂ ਕੀਤੀ ਫੁਲਕਾ ਸਾਹਿਬ ਬਿਲਕੁਲ ਸੀਰੀਅਸ ਹੈ ਤੇ ਸੀਰੀਅਸ ਸੀਗੇ ਮੈਂ ਹੁਣ ਇੱਕ ਨਾਲ ਇੱਕ ਹੋਰ ਨਾਲ ਜੁੜਦਾ ਜਵਾਬ ਵੀ ਜਿਹੜਾ ਧਾਰਨੀ ਸਾਹਿਬ ਨੇ ਵੀ ਕੀਤਾ ਮੈਂ ਉਹ ਵੀ ਉਹ ਜਵਾਬ ਉਹਦੀ ਗੱਲ ਦਾ ਜਵਾਬ ਵੀ ਦੇ ਦੇਵਾਂ ਧਾਰਨੀ ਸਾਹਿਬ ਨੇ ਗੱਲ ਕੀਤੀ ਕਿ ਲੀਗਲ ਵੇ ਦੇ ਨਾਲ ਕਾਨੂੰਨ 'ਚ ਤੋੜ ਮਰੋੜ ਨਹੀਂ ਹੋ ਸਕਦਾ ਉਹਨਾਂ ਨੇ ਗੱਲ ਕੀਤੀ ਅਤੇ ਮੈਂ ਪੁੱਛਣਾ ਚਾਹੁੰਦਾ ਹੈ ਕਿ ਜੋ ਕਾਂਗਰਸ ਨੇ ਕੀਤਾ ਕਮਿਸ਼ਨ ਬਣਾ ਕੇ ਜਿਵੇਂ ਕਮਿਸ਼ਨ ਬਿਨਾਂ ਜਦੋਂ ਜੋਰਾ ਸਿੰਘ ਕਮਿਸ਼ਨ ਸੀਗਾ ਜੋਰਾ ਸਿੰਘ ਕਮਿਸ਼ਨ ਵੀ ਜਦੋਂ ਬਣਾਇਆ ਉਸ ਟਾਈਮ ਕਾਂਗਰਸ ਨੇ ਉਂਗਲਾਂ ਚੱਕੀਆਂ ਜਦ ਦੂਜਾ ਬਣਿਆ ਆਪਣੇ ਜਸਰਜੀਤ ਸਿੰਘ ਬਣਿਆ ਤਾਂ ਅਕਾਲੀ ਦਲ ਨੇ ਉਂਗਲਾਂ ਚੱਕੀਆਂ ਪਰ ਉਹ ਕਮਿਸ਼ਨ ਦੀ ਰਿਪੋਰਟ ਵੀ ਪਬਲਿਸ਼ ਨਹੀਂ ਹੋਈ ਫਰੰਟ 'ਤੇ ਨਹੀਂ ਆਈ ਨਾ ਕੋਈ ਕਾਰਵਾਈ ਹੋਈ ਨਾ ਇਸ ਕਮਿਸ਼ਨ 'ਤੇ ਹੋਈ ਹੁਣ ਧਾਰਨੀ ਸਾਹਿਬ ਕਹਿੰਦੇ ਆ ਕਿ ਜੀ ਲਾਅ 'ਚ ਫੇਰ ਬਦਲ ਨਹੀਂ ਹੋ ਸਕਦਾ ਤੁਹਾਡੇ ਸਾਹਮਣੇ ਜੋ ਅੱਜ ਨਿਕਲ ਕੇ ਆਇਆ ਵਕੀਲ ਭਾਈ ਸਾਡੇ ਵਿੱਚ ਬੈਠੇ ਆ ਇਹਨਾਂ ਨੇ ਵੀ ਦੱਸਿਆ ਜੋ ਅੱਜ ਨਿਕਲ ਕੇ ਆਇਆ
ਉਹ ਜਿਹੜੀ ਤੁਸੀਂ ਕਹਿੰਦੇ ਤੋੜ ਮਰੋੜ ਹੋ ਨਹੀਂ ਸਕਦੀ, ਉਹ ਤੁਸੀਂ ਬਿਲਕੁਲ ਫ੍ਰੀ ਮੈਸੇਜ ਦੇਤੇ ਆ, ਕੰਪਲੀਟਲੀ ਫਰੈਂਡਲੀ ਮੈਚ ਦਾ ਜੋ ਮੈਸੇਜ ਪਬਲਿਕ ਨੂੰ ਦੇਤੇ ਉਹ ਤਾਂ ਤੁਸੀਂ ਫਰੈਂਡਲੀ ਮੈਚ ਤੁਹਾਡਾ ਵਿਧਾਨ ਸਭਾ ਦੇ ਵਿੱਚ ਜ਼ਹਿਰ ਹੁੰਦਾ ਸੀ, ਸਾਰੀ ਦੁਨੀਆ ਦੇਖ ਰਹੀ ਸੀ ਸਰ, ਜਿਹੜੀ ਕਮਿਸ਼ਨ ਨੂੰ ਤੁਸੀਂ ਬੋਲ ਰਹੇ ਸੀ ਉੱਤੇ ਜਿਹੜੀ ਕਮਿਸ਼ਨ ਨੂੰ ਸਾਡੇ ਵਿਧਾਨ ਸਭਾ ਦੇ ਵਿੱਚ ਤੁਸੀਂ ਤਾਂ ਰੁਕੇ ਹੀ ਨਹੀਂ ਸਕਦੇ, ਜਿਹੜੇ ਸਾਡੇ ਵਕੀਲ ਭਾਈ ਨੇ ਪਟੀਸ਼ਨ ਫਾਈਲ ਕੀਤੀ ਆ ਉਹਨੂੰ ਨਲ ਐਂਡ ਵਾਈਡ ਦੱਸ ਰਹੇ ਇਸ ਕਮਿਸ਼ਨ ਨੂੰ ਵੀ ਇਹਦਾ ਕੋਈ ਆਧਾਰ ਹੀ ਨਹੀਂ ਹੈਗਾ, ਤੋ ਫਰੈਂਡਲੀ ਮੈਚ ਹੀ ਹੋਇਆ। ਇੱਕ ਹੋਰ ਛੋਟਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ। ਰਿਪੋਰਟ ਵਿੱਚ ਨਾਮਜ਼ਦ ਕੀਤੇ ਪੁਲਿਸ ਅਧਿਕਾਰੀ ਕੀ ਬਾਤ ਚੱਲ ਕੇ, ਬੇਅਦਬੀ ਅਤੇ ਗੋਲੀ ਕਾਂਡ, ਇਹ ਸਭ 'ਤੇ ਸਿਆਸਤ ਹੋਈ ਹੈ, ਬਹੁਤ ਕੁਛ ਬਦਲ ਗਿਆ, ਪਰ ਪੁਲਿਸ ਵਾਲੇ ਆ ਉਹ ਦੋਸ਼ੀ ਕਿੰਨੇ ਹੈਗੇ ਆ ਅਤੇ ਉਹਨਾਂ ਨੂੰ ਹੁਕਮ ਦੇਣ ਵਾਲੇ ਕਿੰਨੇ ਦੋਸ਼ੀ ਹੈਗੇ ਆ, ਉਹਨਾਂ ਦਾ ਫੈਸਲਾ ਕਦੋਂ ਹੋਵੇਗਾ, ਇਨਸਾਫ ਮਿਲੇਗਾ ਕਦੋਂ, ਕਿਉਂਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਦੋ ਸਿੰਘ ਆ ਜਿਹੜੇ ਉਹ ਸ਼ਹੀਦ ਹੋਏ ਸੀਗੇ, ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਕਦੋਂ ਮਿਲੇਗਾ। ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਜੱਸੀ, ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪੁਲਿਸ ਦੀ ਹਾਈ ਕੋਰਟ ਵਿੱਚ ਚੁਣੌਤੀ ਦੇ ਸਿਆਸੀ ਮਾਇਨੇ ਕੀ ਹੈ? ਸਤਵੀਰ ਵਾਲੀਆ, ਇਹਦਾ ਸਿਆਸੀ ਮਤਲਬ ਹੈ ਕੀ ਹੈ ਜੇ ਹਾਈ ਕੋਰਟ ਵਿੱਚ ਚੈਲੰਜ ਹੋ ਜਾਵੇ ਰਿਪੋਰਟ? ਦੇਖੋ, ਤੁਸੀਂ ਦੇਖਿਆ ਐਫ ਟੀ ਐਫ ਦੀ ਰਿਪੋਰਟ ਇੱਕ ਡਰੱਗ ਕੇਸ 'ਚ ਸੀਗੀ, ਉਹ ਓਨਰੇਬਲ ਹਾਈ ਕੋਰਟ 'ਚ ਜਾ ਕੇ ਚੈਲੰਜ ਹੋਈ, ਉਹ ਅੱਜ ਤੱਕ ਉੱਥੇ ਸਟੱਕ ਹੋਈ ਪਈ ਆ, ਉੱਥੇ ਫਸੀ ਪਈ ਹੈ। ਈਵਨ ਕਿ ਐਕਸ਼ਨ ਟੇਕਨ ਰਿਪੋਰਟ ਜਿਹੜੀ ਸਰਕਾਰ ਨੇ ਦੇਣੀ ਸੀ ਉਹ ਵੀ ਸਰਕਾਰ ਹਾਈ ਕੋਰਟ ਦਾ ਬਹਾਨਾ ਦੇ ਕੇ ਉਹ ਵੀ ਕੋਈ ਐਕਸ਼ਨ ਲੈਣ ਨੂੰ ਤਿਆਰ ਨਹੀਂ, ਰਿਪੋਰਟ ਤਾਂ ਕੀ ਦੇਣੀ ਹੈ। ਅਤੇ ਮੈਨੂੰ ਲੱਗਦਾ ਜੋ ਸੋਚੀ ਸਮਝੀ ਵੀ ਮੈਨੂੰ ਹੁਣ ਕਹਿ ਸਕਦਾ ਇਸ ਹਾਲਾਤ ਤੋਂ ਬਾਅਦ, ਇੱਕ ਸੋਚੀ ਸਮਝੀ ਰਣਨੀਤੀ ਸਰਕਾਰ ਨੇ ਜੋ ਅਡੋਪਟ ਕੀਤੀ ਕਮਿਸ਼ਨ ਬਣਾ ਕੇ, ਉਹਨਾਂ ਨੂੰ ਪਤਾ ਕਮਿਸ਼ਨ ਕੱਲ੍ਹ ਚੈਲੰਜ ਹੋਏਗਾ, ਚੈਲੰਜ ਹੋ ਕੇ ਲਟਕ ਜਾਏਗਾ ਸਾਰਾ ਮਾਮਲਾ। ਤਾਂ ਹੀ ਅਸੀਂ ਵਾਰ ਵਾਰ ਰਿਪੀਟ ਕਰਦੇ ਸੀਗੇ ਕਮਿਸ਼ਨ ਬਣਾਉਣ ਨਾਲੋਂ ਐਸ ਆਈ ਟੀ ਬਣਾਉਣੀ ਚਾਹੀਦੀ ਸੀਗੀ। ਹੁਣ ਵੀ ਕੋਈ ਨੁਕਸਾਨ ਨਹੀਂ ਹੋਇਆ, ਜੇ ਐਸ ਆਈ ਟੀ ਜਿਹੜੀ ਬਣਾਈ ਆ ਉਹਨੂੰ ਟਾਈਮ ਬਾਊਂਡ ਕਰਕੇ ਇਮੀਡੀਏਟ ਕੰਮ ਸ਼ੁਰੂ ਹੋ ਜਾਵੇ, ਤਾਂ ਕਿ ਇਸ ਤੋਂ ਪਹਿਲਾਂ ਹੋਰ ਲੋਕ ਵੀ ਜਾ ਕੇ ਉਹਨਾਂ ਵੱਲ ਹਾਈ ਕੋਰਟ ਜਾ ਕੇ ਸਟੇਅ ਲਿਆਉਣ, ਤਾਂ ਵੀ ਸਭ ਕੁਝ ਠੀਕ ਹੋ ਸਕਦਾ। ਪਰ ਮੈਨੂੰ ਲੱਗਦੀ ਨਹੀਂ ਸਰਕਾਰ ਦੀ ਮਨਸਾ ਜਿਹੜੀ ਹੈਗੀ ਹੈ, ਕਿਉਂਕਿ ਟਾਈਮ ਬਾਊਂਡ ਇਨਕੁਆਇਰੀ ਕਰਨ ਨੂੰ ਤਿਆਰ ਹੀ ਨਹੀਂ ਹੈ ਕਿਸੇ ਪਾਸੇ ਨੂੰ। ਐਸ ਆਈ ਟੀ ਬਣਾਤੀ ਪਰ ਉਹਨਾਂ ਦਾ ਵਰਕਿੰਗ ਜਿਹੜੀ ਹੁਣ ਤੱਕ ਸ਼ੁਰੂ ਵੀ ਨਹੀਂ ਹੋਈ। ਅਮਰਜੀਤ ਤਾਰਨੀ, ਤੁਸੀਂ ਕਹਿਣਾ ਚਾਹੋਗੇ, ਲਾਸਟ ਕਮੈਂਟ ਮੈਨੂੰ ਤੁਹਾਡੇ ਚਾਹੀਦੇ ਆ ਕਾਹਦੇ ਪ੍ਰਤੀ? ਇਸ ਪੂਰੇ ਮਾਮਲੇ ਦੇ ਵਿੱਚ ਐਸ ਆਈ ਟੀ ਟਾਈਮ ਬਾਊਂਡ ਹੋਣੀ ਚਾਹੀਦੀ ਹੈ? ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਹਾਂ ਜੀ, ਅਸੀਂ ਜਿਉਂ ਜਿਉਂ ਲੋਕਾਂ ਦੀ ਜੋ ਜੋ ਆਪੋਜਿਟ ਪਾਰਟੀਜ਼ ਦੀ ਡਿਮਾਂਡ ਹੋਈ ਉਹਦੇ ਮੁਤਾਬਕ, ਦੇਖੋ ਲੋਕਾਂ ਨੇ ਕਿਹਾ ਐਸ ਆਈ ਟੀ ਬਣਾਓ, ਐਸ ਆਈ ਟੀ ਬਣਾਈ ਗਈ। ਲੋਕਾਂ ਨੇ ਕਿਹਾ ਕਿ ਜੀ ਸੀ ਬੀ ਆਈ ਨੂੰ ਕੇਸ ਦਿੱਤਾ ਜਾਵੇ, ਅਸੀਂ ਸੀ ਬੀ ਆਈ ਨੂੰ ਕੇਸ ਦਿੱਤਾ। ਔਰ ਨਾਲ ਦੀ ਨਾਲ ਮੈਂ ਇੱਕ ਗੱਲ ਹੋਰ ਕਲੀਅਰ ਕਰ ਦੇਣੀ ਚਾਹੁੰਦਾ ਕਿ ਅਸੀਂ ਨਾਲ ਇਸ ਗੱਲ ਨਾਲ ਵੀ ਸਹਿਮਤ ਹਾਂ, ਜਿਹੜੇ ਕਲਪਰੇਟ ਹੈਗੇ ਆ, ਜਿਹੜੇ ਦੋਸ਼ੀ ਹੈਗੇ ਆ, ਉਹਨਾਂ ਨੂੰ ਸਜ਼ਾ ਬਿਲਕੁਲ ਮਿਲਣੀ ਚਾਹੀਦੀ ਆ, ਚਾਹੇ ਜਿੰਨੀ ਉਹਨਾਂ ਨੇ ਗਲਤੀ ਕੀਤੀ ਆ ਜ਼ਰੂਰ ਮਿਲਣੀ ਚਾਹੀਦੀ ਆ। ਪਰ ਇਹ ਨਹੀਂ ਹੋਣਾ ਚਾਹੀਦਾ ਕਿ ਇਹਨਾਂ ਸਾਰੀਆਂ ਗੱਲਾਂ 'ਤੇ ਸਿਆਸਤ ਕਰਕੇ ਜੋ ਅੱਜ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼, ਉਹ ਕੁਛ ਕਰਦਾ। ਅਮਰਜੀਤ ਨੇ ਤੁਸੀਂ ਕਿਹਾ ਕਿ ਲੋਕਾਂ ਨੇ ਜੋ ਕਿਹਾ ਸੀ ਕੀਤਾ, ਲੋਕ ਹੁਣ ਇਹ ਕਹਿ ਰਹੇ ਆ ਕਿ ਤੁਸੀਂ ਸਹਿਯੋਗ ਦਿਓ ਜਾਂਚ ਦੇ ਵਿੱਚ, ਲੋਕਾਂ ਦੀ ਮੰਨ ਲਓ? ਅਸੀਂ ਸਹਿਯੋਗ ਦੇਣ ਲਈ ਬਿਲਕੁਲ ਤਿਆਰ ਹੈ। ਜੇ ਸੁਪਰੀਮ ਕੋਰਟ ਦੇ ਕਿਸੇ ਜੱਜ ਨੂੰ ਤੁਸੀਂ ਉਹ ਬਣਾਉਂਦੇ ਆ, ਉਹਦਾ ਕਮਿਸ਼ਨ ਅਪੁਆਇੰਟ ਕਰਦੇ, ਅਸੀਂ ਬਿਲਕੁਲ ਸਹਿਯੋਗ। ਤੁਸੀਂ ਸਿਟਿੰਗ ਜੱਜ ਦਾ ਕਿਉਂ ਨਹੀਂ ਕੀਤਾ? ਤੁਸੀਂ ਕਿਉਂ ਨਹੀਂ ਕੀਤਾ? ਦੇਖੋ, ਸਾਨੂੰ ਇਹ ਕਿਹਾ ਗਿਆ ਕਿ ਜੀ ਹਾਈਕੋਰਟ ਦੇ ਜੱਜ ਨੂੰ ਜਾਂਚ ਦਿੱਤੀ ਜਾਵੇ। ਅਸੀਂ ਹਾਈਕੋਰਟ ਤੋਂ ਤਿੰਨ ਨਾਂ ਲਏ, ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਜੱਜ ਆਏਗਾ ਸੀ ਜਸ ਜੋਰਾ ਸਿੰਘ। ਮੈਂ ਸਿਟਿੰਗ ਜੱਜ ਦੀ ਗੱਲ ਕਰ ਰਿਹਾ ਅਮਰਜੀਤ ਤਾਰਨੀ। ਦੇਖੋ, ਗੱਲ ਇਹ ਸਵਾਲ ਤੁਹਾਨੂੰ ਸਮਝ ਨਹੀਂ ਆਉਂਦਾ, ਸਵਾਲ ਤੁਹਾਨੂੰ ਸਿਰਫ ਉਦੋਂ ਸਮਝ ਆਉਂਦਾ ਜੇ ਤੁਸੀਂ ਵਿਰੋਧ ਵਿੱਚ ਬੈਠੇ ਹੋ, ਉਹ ਤੁਸੀਂ ਸਲਾਹਾਂ ਦੇ ਸਕਦੇ ਹੋ, ਤੁਸੀਂ ਇਉਂ ਕਰਨਾ ਸੀ, ਤੁਸੀਂ ਕਿਉਂ ਨਹੀਂ ਕੀਤਾ? ਨਹੀਂ, ਪਰ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਲੈਣ ਕੌਣ ਆਇਆ? ਜਸ ਰਿਪੋਰਟ ਲੈਣ ਕੌਣ ਆਇਆ ਰਹੇ ਆ? ਇਹ ਵੀ ਦੇਖੋ ਨਾ, ਜਸ ਜੋਰਾ ਸਿੰਘ ਭੇਜਤਾ ਜੋਰਾ ਸਿੰਘ। ਅੱਛਾ, ਤੁਸੀਂ ਐਂ ਦੱਸੋ ਵੀ ਜਸ ਜੋਰਾ ਸਿੰਘ ਦੀ ਰਿਪੋਰਟਰ ਜਸ ਰਣਜੀਤ ਸਿੰਘ ਦੀ ਰਿਪੋਰਟ ਦੇ ਵਿੱਚ ਫਰਕ ਕੀ ਆ? ਮੈਂ ਲਾਸਟ ਇਹ ਕਹਿ ਰਿਹਾ ਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ, ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਜੋ ਵਕੀਲ ਸਾਹਿਬ ਨੇ ਗੱਲ ਕਰੀ ਆ ਉਹਨੂੰ ਮੈਂ ਦੁਬਾਰਾ ਕਲੈਰੀਫਾਈ ਕਰ ਦਿੰਦਾ ਕਿ ਇਨਕੁਆਇਰੀਜ਼ ਜਿਹੜੀਆਂ ਹੁੰਦੀਆਂ, ਦੈਟ ਇਜ਼ ਅ ਡਿਫਰੈਂਟ ਮੈਟਰ ਐਂਡ ਦਾ ਇਨਵੈਸਟੀਗੇਸ਼ਨ। ਤੁਸੀਂ ਕਹਿ ਰਹੇ ਹੋ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਤੁਹਾਡੇ ਲੀਡਰ ਸਟੇਜ ਤੇ ਖੜੇ ਹੋ ਕੇ ਕਹਿੰਦੇ ਆ ਹਿੰਮਤ ਹੈ ਤਾਂ ਕਰਕੇ ਦਿਖਾਓ ਕੇਸ ਤਾਂ। ਨਹੀਂ, ਇਹ ਗੱਲ ਨਹੀਂ ਹੈਗੀ, ਇਹ ਦੇਖੋ ਇਹ ਗਲਤ ਗੱਲ ਹੈਗੀ ਆ, ਸਟੇਜ ਦੇ ਉੱਤੇ ਗੱਲ ਕਰਨ ਵਾਲੀ ਜਿਹੜੀ ਗੱਲ ਹੈਗੀ ਆ। ਜੇ ਤੁਸੀਂ ਦੋਸ਼ੀ ਗੱਲ ਕਰਾਰ ਦੇਣ ਦੀ ਗੱਲ ਕਰੋ, ਹੁਣ ਜਿਵੇਂ ਇਹਨਾਂ ਨੇ ਵਿੱਚ ਬਿਕਰਮਜੀਤ ਮਜੀਠੀਆ ਦਾ ਨਾਮ ਵੀ ਲੇਤਾ, ਬਿਕਰਮਜੀਤ ਸਿੰਘ ਮਜੀਠੀਆ ਕੀ ਉਹਦੇ ਤੇ ਐਲੀਗੇਸ਼ਨ ਹੈਗਾ, ਸਾਰੀ ਰਿਪੋਰਟ ਦੇ ਵਿੱਚ ਦੱਸੋ। ਹੈ, ਇਹ ਗੱਲਾਂ ਹੁੰਦੀਆਂ ਸਟੇਜਾਂ ਦੀਆਂ ਗੱਲਾਂ ਕੁਛ ਹੋਰ ਹੁੰਦੀਆਂ, ਗਰਾਊਂਡ ਤੇ ਗੱਲਾਂ ਕੁਛ ਹੋਰ ਹੁੰਦੀਆਂ, ਲੀਗਲੀ ਗੱਲਾਂ ਕੁਛ ਹੋਰ ਹੁੰਦੀਆਂ, ਤਾਂ ਹੀ ਸਭ ਕੁਝ ਹੋਰ ਹੀ ਹੋਰ ਲੱਗਦਾ ਪਿਆ। ਉਹ ਤਾਂ ਤੁਹਾਡੇ ਸਾਹਮਣੇ ਦੇਖ ਲਓ, ਦੋ ਰੱਖਣਾ ਪਊਗਾ ਤੁਹਾਨੂੰ, ਬਾਹਰ ਕੁਛ ਹੋਰ, ਅੰਦਰ ਕੁਛ ਹੋਰ, ਕੈਮਰੇ ਅੱਗੇ ਕੁਛ ਹੋਰ, ਅਦਾਲਤ ਕੁਛ ਹੋਰ। ਨਹੀਂ ਨਹੀਂ, ਦੇਖੋ ਜਿਹੜੀ ਗੱਲ ਹੈਗੀ ਹੈ, ਜੇ
ਆਪਾਂ ਕੋਈ ਕ੍ਰਾਈਮ ਹੋਵੇ ਚਾਹੇ ਕੋਈ ਚੰਗਾ ਕੰਮ ਹੋਵੇ ਔਰ ਉਸ ਦੇ ਵਿੱਚ ਜਿਹੜੇ ਜਿਹੜੀਆਂ ਪ੍ਰੋਵੀਜ਼ਨ ਜਿਹੜੀਆਂ ਭਾਰਤੀ ਸੰਵਿਧਾਨ ਔਰ ਕਾਨੂੰਨ ਦੇ ਵਿੱਚ ਜਿਹੜੀਆਂ ਪ੍ਰੋਵੀਜ਼ਨਸ ਹੈਗੀਆਂ ਨੇ ਉਹ ਹੱਕ ਜਿਹੜੇ ਹਰੇਕ ਮੈਂ ਕਹਿੰਦਾ ਜਿਹੜਾ ਬਹੁਤ ਵੱਡਾ ਮਾਡਰਨ ਵੀ ਹੈ ਉਹਨੂੰ ਵੀ ਹਾਸਲ ਹੈ ਇਸ ਕਰਕੇ ਜਿਹੜੀ ਇਹ ਜਿਹੜੀ ਹੈ ਜਿਹੜੀ ਅੱਜ ਦੀ ਗੱਲ ਹੈ ਹਾਸਲ ਹੈਗਾ ਹਾਸਲ ਹੈਗਾ ਬਸ ਉੱਥੋਂ ਤੱਕ ਹੀ ਹੈ ਤੁਸੀਂ ਤੁਸੀਂ ਸੱਤਾ ਬਦਲ ਦਿੱਤੀ ਇਹ ਗੱਲ ਕਹਿ ਕਹਿ ਕੇ ਸੱਤਾ ਬਦਲ ਦਿੱਤੀ ਤੁਸੀਂ ਇਹ ਗੱਲ ਕਹਿ ਕੇ ਸਾਡਾ ਹੀ ਇਹ ਵਾਅਦਾ ਹੈ ਕਿ ਸਾਰੀ ਕਾਰਵਾਈ ਕਰਾਂਗੇ ਤੁਸੀਂ ਇਸ ਮਾਮਲੇ ਨੂੰ ਸਾਡਾ ਹੀ ਵਾਅਦਾ ਹੈ ਸਾਡਾ ਹੀ ਵਾਅਦਾ ਹੈ ਤੁਸੀਂ ਉਸ ਮਾਮਲੇ ਨੂੰ ਕਮਜ਼ੋਰ ਕੀਤਾ ਅਸੀਂ ਪੂਰਾ ਕਰਾਂਗੇ ਅਸੀਂ ਦੋਸ਼ਾਂ ਨੂੰ ਅੰਦਰ ਦੇਵਾਂਗੇ ਅਸੀਂ ਸਾਰਿਆਂ ਨੂੰ ਫੜ ਕੇ ਅੰਦਰ ਦੇਵਾਂਗੇ ਲਾਸਟ ਮਿੰਟ ਤੁਹਾਡੇ ਚਾਹੀਦੇ ਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਪਹਿਲਾਂ ਹੀ ਕੋਈ ਤਾਕਤ ਨਹੀਂ ਸੀ ਜਾਂ ਹੁਣ ਮਾਮਲਾ ਕਮਜ਼ੋਰ ਹੋਇਆ ਜਾ ਕਰਨਜੀਤ ਬਰਾੜ ਦੇਖੋ ਜਿਸ ਤਰ੍ਹਾਂ ਕਮਿਸ਼ਨ ਦੀ ਫਾਰਮੇਸ਼ਨ ਹੋਈ ਆ ਉਹ ਵਾਰੀ ਵਾਰੀ ਉਹੀ ਗੱਲ ਆਉਂਦੀ ਆ ਪਹਿਲਾਂ ਕਮਿਸ਼ਨ ਸੀਜ਼ ਕੀਤੇ ਤੋਂ ਬਿਨਾਂ ਨਵੇਂ ਕਮਿਸ਼ਨ ਦੀ ਫਾਰਮੇਸ਼ਨ ਹੋਈ ਉਸ ਤੋਂ ਬਾਅਦ 8C ਦੀ ਵਾਇਲੇਸ਼ਨ ਹੋਈ 8B ਦੀ ਵਾਇਲੇਸ਼ਨ ਹੋਈ ਤਾਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਤਾਂ ਕਹਿ ਸਕਦੇ ਹਾਂ ਵੀ ਇਹ ਕਮਜ਼ੋਰ ਸੀ ਇਸ ਰਿਪੋਰਟ ਦੇ ਵਿੱਚ ਜੋ ਵੀ ਰਿਪੋਰਟ ਟੋਟਲੀ ਲਾਅ ਦੇ ਵਿੱਚ ਇਹਦੇ ਵਿੱਚ ਫਲੋ ਦੇ ਇਲੀਗਲ ਹੋਇਆ ਜੋ ਇਹਦੀ ਵਾਇਲੇਸ਼ਨ ਹੋਈ ਉਸ ਦੇ ਅਕੋਰਡਿੰਗ ਜੇ ਉਹਨੂੰ ਦੇਖਿਆ ਜਾਵੇ ਤਾਂ ਉਹ ਕਮਜ਼ੋਰ ਸੀ ਹੁਣ ਤੁਹਾਨੂੰ ਅੱਗੇ ਕੇਸ ਵਿੱਚ ਕੀ ਲੱਗਦਾ ਪੁਲਿਸ ਵਾਲੇ ਬਚਣਗੇ ਬਿਲਕੁਲ ਸਾਡੇ ਪਟੀਸ਼ਨਰਸ ਨੂੰ 100% ਸਾਨੂੰ ਇਹ ਲੱਗਦਾ ਵੀ ਅਸੀਂ ਉਹਨਾਂ ਨੂੰ ਬਚਾਵਾਂਗੇ ਤੇ ਬਚ ਜਾਣਗੇ ਬਹੁਤ ਧੰਨਵਾਦ ਕਰਨਜੀਤ ਬਰਾੜ ਤੁਹਾਡਾ ਰਿੰਪਲ ਮੇੜਾ ਤੁਹਾਡਾ ਅਮਰਜੀਤ ਧਾਰਨੀ ਤੁਹਾਡਾ ਸਤਵੀਰ ਵੜੀਆ ਤੁਹਾਡਾ ਕਿ ਸਰਕਾਰ ਨੇ ਜਾਣਬੁੱਝ ਕੇ ਨਿਯਮਾਂ ਦੀ ਅਣਦੇਖੀ ਕੀਤੀ ਬੇਅਦਬੀ ਤੇ ਗੋਲੀਕਾਂਡ ਇਹ ਉਹੋ ਜਿਹੀਆਂ ਘਟਨਾਵਾਂ ਨੇ ਦੇਸ਼ ਪੰਜਾਬ ਦੇ ਵਿੱਚ ਵਾਪਰੀਆਂ ਜਿਨ੍ਹਾਂ 'ਤੇ ਸੱਤਾ ਸਿਆਸਤ ਖੂਬ ਹੁੰਦੀ ਹੈ ਪਰ ਸਵਾਲ ਇਹ ਇਨਸਾਫ ਕਦੋਂ ਮਿਲੇਗਾ ਸਾਡਾ ਸਵਾਲ ਇੱਕੋ ਸੀਗਾ ਕਿ ਬਚ ਜਾਵੇਗੀ ਪੁਲਿਸ ਕੋਰਟ ਦੇ ਵਿੱਚ ਕੇਸ ਹੈ ਪਤਾ ਨਹੀਂ ਕੀ ਹੋਵੇਗਾ ਪਰ ਇਹ ਮਾਮਲਾ ਕਮਜ਼ੋਰ ਪੈਂਦਾ ਨਜ਼ਰ ਆ ਰਿਹਾ ਬਹੁਤ ਧੰਨਵਾਦ